ਉੱਤੋਂ ਕੀ ਬਣਿਆ? ਹੋ ਗਈ ਮੰਮੀ ਐਡਮਿਸ਼ਨ ਤਾਂ। ਅੱਛਾ, ਹਾਂਜੀ, ਚੱਲ ਸ਼ੁਕਰ ਹੈ ਰੱਬ ਦਾ। ਉੱਤ ਗੱਲ ਸੁਣ ਮੇਰੀ, ਹੁਣ ਤੂੰ ਕੰਮ ਦੀ ਫਿਕਰ ਨਾ ਕਰੀ, ਕੰਮ ਸਾਰਾ ਮੈਂ ਆਪੇ ਕਰ ਲੂੰ। ਬਸ ਤੂੰ ਆਪਦਾ ਪੜ੍ਹਾਈ ਵੱਲ ਧਿਆਨ ਦੇ ਤੇ ਆਪਦਾ ਸੁਪਨਾ ਪੂਰਾ ਕਰੀ, ਚੰਗਾ? ਖਾਣੀਆਂ ਤਾਂ ਬਾਈ ਦੋ ਰੋਟੀਆਂ ਹੀ ਨੇ, ਕਰ ਲੈ ਉਰੇ, ਕਰ ਲੈ ਜਿਹੜਾ ਕੁਛ ਕਰ ਲੈ, ਉੱਥੇ ਜਾ ਕੇ ਕਿਹੜਾ ਜ਼ਿਆਦੇ ਹੋਊਗਾ। ਚੱਲ ਫਿਰ ਕੀ ਹੋ ਗਿਆ ਬਾਈ, ਉਹਦਾ ਚੱਲ ਸੁਪਨਾ ਪੂਰਾ ਹੋਜੂਗਾ, ਨਾਲੇ ਉਹਦੇ ਸੁਪਨੇ ਮੈਂ ਨਹੀਂ ਪੂਰੇ ਕਰੂੰਗਾ, ਹੋਰ ਕੌਣ ਕਰੂਗਾ? ਚੱਲ ਕੋਈ ਨਾ, ਤੇਰਾ ਵੀ ਇੱਕ ਦਿਨ ਸੁਪਨਾ ਪੂਰਾ ਕਰੂਗੀ। ਕਿਵੇਂ ਬਹਿ ਗਈ ਨੇਹਾ? ਆ ਗਿਆ, ਤੁਸੀਂ ਰੋਟੀ ਲਿਆ ਦਾ? ਹਾਂ ਮੈਂ ਤਾਂ ਆ ਗਿਆ, ਤੂੰ ਕਿਵੇਂ ਬੈਠੀ ਆ ਬੌਂਦਲੀ ਜੀ? ਨਹੀਂ ਕੁਛ ਨਹੀਂ। ਕੋਈ ਗੱਲ ਤਾਂ ਹੈਗੀ, ਤੂੰ ਬੈਠ ਕੇ ਗੱਲ ਸੁਣ ਲਈ, ਕੀ ਹੋਇਆ? ਕੁਛ ਨਹੀਂ, ਮੈਂ ਤਾਂ ਐਵੇਂ ਸੋਚੀ ਜਾਂਦੀ ਸੀ। ਤੂੰ ਮੈਨੂੰ ਤੇਰਾ ਤੇਰਾ ਸਾਫ਼ ਸਾਫ਼ ਰੱਖਦਾ, ਤੇਰੇ ਮਨ 'ਚ ਕੋਈ ਗੱਲ ਹੈਗੀ ਆ? ਮੈਂ ਕੀ ਸੋਚਣਾ ਨੇਹਾ, ਦੇਖ ਜੇ ਤੈਨੂੰ ਮੇਰੇ 'ਤੇ ਯਕੀਨ ਆ, ਮੈਨੂੰ ਸਾਰੀ ਗੱਲ ਦੱਸ। ਮੈਂ ਤਾਂ ਇਹੀ ਸੋਚਦੀ ਸੀ, ਜਦੋਂ ਮੈਂ ਛੋਟੀ ਹੁੰਦੀ ਸੀ ਨਾ, ਤਾਂ ਮੇਰੇ ਬਾਪੂ ਜੀ ਦਾ ਸੁਪਨਾ ਸੀ ਕਿ ਮੇਰੀ ਧੀ ਬਾਹਰ ਜਾਵੇ, ਵਿਦੇਸ਼ ਜਾ ਕੇ ਆਪਦੇ ਸੁਪਨੇ ਪੂਰੇ ਕਰੇ। ਪਰ ਹੁਣ ਤਾਂ ਵਿਆਹ ਹੋ ਗਿਆ, ਹੁਣ ਕਿਤੇ ਸੁਪਨੇ ਪੂਰੇ ਹੋਣੇ। ਅੱਛਾ ਯਾਰ ਨੇਹਾ, ਤਾਂ ਪਹਿਲਾਂ ਤਾਂ ਕਦੇ ਮੈਨੂੰ ਦੱਸਿਆ ਨਹੀਂ ਆਪਣੇ ਸੁਪਨੇ ਬਾਰੇ, ਅੱਜ ਇੱਕਦਮ ਕਿਵੇਂ ਗੱਲ ਕਰ ਲਈ? ਯਾਰ ਜਦੋਂ ਮੈਂ ਛੋਟੀ ਹੁੰਦੀ ਸੀ ਨਾ, ਤਾਂ ਮੇਰੇ ਬਾਪੂ ਜੀ ਦਾ ਸੁਪਨਾ ਸੀ ਕਿ ਮੇਰੀ ਧੀ ਵਿਦੇਸ਼ ਜਾਵੇ, ਆਪਦੇ ਸੁਪਨੇ ਪੂਰੇ ਕਰੇ। ਫਿਰ ਬਾਪੂ ਜੀ ਦਾ ਡੈਥ ਹੋ ਗਈ ਅਤੇ ਮੇਰੇ ਚਾਚੇ ਤਾਏ ਨੇ ਮੇਰਾ ਵਿਆਹ ਕੀਤਾ। ਅਤੇ ਜਦੋਂ ਸੁਪਨੇ ਪੂਰੇ ਕਰਨ ਦਾ ਟਾਈਮ ਆਇਆ ਸੀ, ਉਹ ਤਾਂ ਬਾਪੂ ਜੀ ਹੈ ਨਹੀਂ ਸੀ। ਉਹ ਚੱਲ ਫਿਰ ਕੀ ਹੋ ਗਿਆ, ਹੁਣ ਹੋ ਜਾਣਗੇ ਤੇਰੇ ਸੁਪਨੇ ਪੂਰੇ? ਹੁਣ ਹੁਣ ਕਿਵੇਂ ਹੋਣਗੇ, ਹੁਣ ਤਾਂ ਸਮਾਂ ਲੰਘ ਗਿਆ। ਉਸ ਸਮੇਂ ਨੂੰ ਕੁਝ ਨਹੀਂ ਹੁੰਦਾ, ਪੜ੍ਹਨ ਦਾ ਕਿਹੜਾ ਕੋਈ ਟਾਈਮ ਹੁੰਦਾ ਨਾਲੇ। ਤੁਹਾਨੂੰ ਵੀ ਪਤਾ ਹੀ ਆ, ਹੁਣ ਵਿਆਹ ਹੋ ਗਿਆ, ਹੁਣ ਘਰ ਸੰਭਾਲਣ ਦੀ ਉਮਰ ਹੋ ਗਈ ਹੈ, ਬਸ ਹੁਣ ਪੜ੍ਹਾਈ ਕਿੱਥੇ। ਉਹ ਕੁਝ ਨਹੀਂ ਹੁੰਦਾ, ਜੇ ਤੇਰਾ ਸੁਪਨਾ ਬਾਹਰ ਜਾਣ ਦਾ, ਇਹ ਸੁਪਨਾ ਤੇਰਾ ਜ਼ਰੂਰ ਪੂਰਾ ਕਰੂੰਗਾ, ਨਾਲੇ ਜੇ ਤੇਰੇ ਸੁਪਨੇ ਮੈਂ ਨਹੀਂ ਪੂਰੇ ਕਰੂੰਗਾ, ਹੋਰ ਕੌਣ ਕਰੂੰਗਾ? ਉਹ ਤਾਂ ਠੀਕ ਆ, ਹੁਣ ਤੁਸੀਂ ਜਾ ਕੇ ਨਾ ਮੰਮੀ ਹੁਣਾਂ ਕੋਲੇ ਨਾ ਗੱਲ ਕਰ ਦਿਓ, ਮੰਮੀ ਨੇ ਮੈਨੂੰ ਤਾਂ ਬੋਲਣਾ ਬੋਲਣਾ, ਤੁਹਾਨੂੰ ਵੀ ਬੋਲਣਗੇ ਉਹ। ਯਾਰ ਉਹਨਾਂ ਨਾਲ ਤਾਂ ਗੱਲ ਕਰਨੀ ਬਹੂ, ਤੂੰ ਕੁਛ ਨਹੀਂ ਹੁੰਦਾ, ਤੂੰ ਆਪਦੀ ਆਈਲੈਟਸ ਦੀ ਤਿਆਰੀ ਕਰ, ਬਾਕੀ ਮੰਮੀ ਨਾਲ ਗੱਲ ਕਰ ਲੈਣ। ਚੱਲ ਜਿਵੇਂ ਤੈਨੂੰ ਸਹੀ ਲੱਗੇ। ਹੋਰ ਤੂੰ ਆਪਦਾ ਰੋਟੀ ਟੁੱਕ ਕਰ ਰਿਹਾ, ਤੇਰੀ ਮੈਂ ਨਾਲੇ ਮੰਮੀ ਨੂੰ ਪੁੱਛੀਆਂ ਦੱਸ ਦੇਣਾ। ਚੱਲ ਤੂੰ ਆਪਦੀ ਤਿਆਰੀ ਇਹ ਕਰ, ਹੁਣ ਤਾਂ ਬਾਕੀ ਚੱਲੀ ਤਾਂ ਚੱਲ ਮੈਂ ਕਰਦਾ ਗੱਲ। ਮੈਂ ਤਾਂ ਸੋਚ ਰਹੀ ਸੀ ਤਾਏ ਚਾਚਾ ਨੇ ਛੋਟੀ ਉਮਰ 'ਚ ਵਿਆਹ ਕਰਤਾ, ਪਤਾ ਨਹੀਂ ਕਿਹੋ ਜਿਹੇ ਸਹੁਰੇ ਮਿਲਣਗੇ, ਪਰ ਸ਼ਾਇਦ ਮੇਰੀ ਕਿਸਮਤ ਚੰਗੀ ਆ ਜੋ ਮੈਨੂੰ ਇੰਨਾ ਵਧੀਆ ਘਰ ਵਾਲਾ ਮਿਲਿਆ। ਚੱਲ ਮੈਂ ਵੀ ਰੋਟੀ ਬਣਾਵਾਂ। ਆਪਣੇ ਕੋਲ ਏਡੀ ਗੁੰਜਾਇਸ਼ ਹੈ ਨੀ, ਤਾਂ ਮੈਂ ਸੁਣਿਆ 5000 ਰੁਪਈਆਂ ਦੀ ਲੱਗ ਜਾਂਦੀ ਹੈ। ਬੋਲੇ ਕਮਲੇ ਤੂੰ ਕਿਹੜੀਆਂ ਗੱਲਾਂ 'ਚ ਪੈ ਗਿਆ? ਉਹ ਪੈਸੇ ਤਾਂ ਲੱਗਦੇ ਨੇ ਬਾਪੂ, ਹੁਣ ਫਿਰ ਕਰੀਏ ਕੀ? ਦੇ ਪੁੱਤਰ ਤੇਰਾ ਬਾਪੂ ਸਹੀ ਕਹਿੰਦਾ ਹੈਗਾ, ਆਪਾਂ ਇੱਥੇ ਸਾਰਾ ਟੱਬਰ ਖੁਸ਼ ਤਾਂ ਹੈ, ਨਾਲੇ ਠਿੱਕਰੀਆਂ ਨਹੀਂ ਇਕੱਠੀਆਂ ਹੁੰਦੀਆਂ, ਭਲਾ ਇੰਨੇ ਰੁਪਈਏ ਕਿੱਥੋਂ ਇਕੱਠੇ ਕਰਾਂਗੇ? ਉਹ ਬੇਬੇ ਮੇਰੀ ਪੂਰੀ ਗੱਲ ਤਾਂ ਸੁਣ ਲਾ ਪਹਿਲਾਂ, ਉਹਦਾ ਬਚਪਨ ਦਾ ਸੁਪਨਾ ਵੀ ਬਾਹਰ ਜਾਣ ਦਾ, ਚਲ ਉਹਦੇ ਬਾਪ ਮਰਨ ਤੋਂ ਬਾਅਦ ਚਲ ਉਹਦੇ ਚਾਚੇ ਤਾਇਆ ਨੇ ਉਹਦਾ ਛੇਤੀ ਵਿਆਹ ਕਰਤਾ, ਚਲ ਜੇ ਹੁਣ ਆਪਾਂ ਨਹੀਂ ਉਹਦਾ ਸੁਪਨਾ ਪੂਰਾ ਕਰਾਂਗੇ, ਹੋਰ ਕੌਣ ਕਰੂ? ਉਹ ਤਾਂ ਮੇਰੀ ਗੱਲ ਸੁਣ, ਆਪਾਂ ਨੂੰ ਕਿਹੜਾ ਹੋ ਬਗਾਨੀ ਹੈ, ਪਰ ਬਾਹਰ ਜਾਣ ਦੇ ਲਈ ਚਾਰ ਛਿੱਲੜ ਵੀ ਹੱਥ 'ਚ ਹੋਣੇ ਚਾਹੀਦੇ ਨੇ, ਇੱਦਾਂ ਤਾਂ ਨਹੀਂ ਬਾਹਰ ਜਾਇਆ ਜਾਂਦਾ। ਦੇਖ ਬੇਬੇ, ਇੰਨਾ ਕੁ ਤਾਂ ਹਰੇਕ ਮਾਂ ਪਿਓ ਕਰਦਾ ਆਪਣੇ ਪੁੱਤ ਦੀ ਵਾਸਤੇ, ਇੰਨਾ ਕੁ ਤਾਂ ਆਪਾਂ ਨੂੰ ਕਰਨਾ ਹੀ ਪਊਗਾ, ਮਰਦਿਆਂ ਨੂੰ ਬੰਦਾ 100 ਅੱਕ ਜਾਵਦਾ।
ਪੁੱਤ ਹੱਲ ਨੂੰ ਇਹ ਕਿਹੜਾ 2-4 ਹਜ਼ਾਰ ਦੀ ਗੱਲ ਹੈ, ਥੱਬਾ ਲੱਗੂਗਾ, ਇੰਨੇ ਪੈਸਿਆਂ ਦਾ ਹੱਲ ਕਿੱਥੋਂ ਹੋਊਗਾ ਭਲਾ? ਇਹ ਦੱਸ, ਹੁਣ ਤਾਂ ਤੇਰੇ ਵਿਆਹ ਤੇ ਲਾ ਕੇ ਹਟੇ ਆ। ਜ਼ਮੀਨ ਤੋਂ ਬਿਨਾਂ ਪੁੱਤ ਕੋਈ ਹੱਲ ਨਹੀਂ ਦੇਖਾ, ਤੇਰੀ ਜ਼ਮੀਨ ਆ, ਅਸੀਂ ਤਾਂ ਇੱਥੇ 2-4 ਸਾਲ ਆ, ਹੁਣ ਅਸੀਂ ਵਰਤਣੀ ਸੀ, ਇੱਧਰ ਨਹੀਂ ਪਈ ਵਰਤਣੀ, ਚੱਲ ਆਹ ਕੰਮਾਂ 'ਤੇ ਵਰਤ ਲੈ, ਤੇਰੀ ਮਰਜ਼ੀ, ਅਸੀਂ ਤਾਂ ਕੁਛ ਨਹੀਂ ਕਹਿੰਦੇ, ਤੇਰੀ ਖੁਸ਼ੀ 'ਚ ਤੇਰੇ ਨਾਲ ਹੀ ਅਸੀਂ ਤਾਂ ਜਿਵੇਂ ਤੈਅ ਕਰਨਾ, ਇੱਥੋਂ ਬਾਹਰ ਹੋ ਕੇ ਅਸੀਂ ਵੀ ਕਿਵੇਂ ਰਹਿ ਲਾਂਗੇ? ਉਹ ਇੱਕ ਵਾਰੀ ਹੋਰ ਸੋਚ ਲੈ ਪੁੱਤ, ਤੇ ਖੁੱਡ ਤਾਂ ਤੇਰੇ ਉਹ ਘਟਣਗੇ। ਉਹੀ ਤਾਂ ਮਨਜੀਤਪੁਰੇ ਮੈਂ ਸਮਝਾਉਣਾ ਇਹਨੂੰ, ਬਾਕੀ ਹੁਣ ਆਪਾਂ ਵੀ ਨਹੀਂ ਸਿਰੇ ਜਾ ਸਕਦੇ, ਚਲੋ ਇਹਨਾਂ ਨੇ ਅੱਗੇ ਤਾਂ ਜ਼ਿੰਦਗੀ ਤੋਰਨੀਆਂ ਦੋਏ ਜੀਆਂ ਨੇ, ਆਪਣੀ ਤਾਂ ਲੰਘ ਗਈ। ਸਹੀ ਗੱਲ ਹੈ, ਜਵਾਕਾਂ ਦੀ ਖੁਸ਼ੀ 'ਚ ਆਪਣੀ ਖੁਸ਼ੀ ਹੈ, ਇਹਨਾਂ ਦੇ ਮਾਰੀ ਆਪਾਂ ਫਿਰਦੇ ਆ। ਉਹੀ ਤਾਂ ਗੱਲ ਹੈ। ਦੇਖ ਬਾਪੂ, ਤੁਸੀਂ ਹਿੰਮਤ ਨਾ ਹਾਰੋ, ਜ਼ਮੀਨ ਤਾਂ ਬਥੇਰੀ ਬਣ ਜੂ, ਆਪਾਂ 2-4 ਕਿੱਲੇ ਬਣਾ ਲਾਂਗੇ, ਇੱਕ ਵਾਰੀ ਬਾਹਰ ਜਾ ਕੇ ਸੈੱਟ ਹੋ ਜਾਈਏ। ਚੱਲ ਕੋਈ ਨਾ ਪੁੱਤ, ਤੂੰ ਕਰ ਆਪਦੀ ਤਿਆਰੀ, ਜਵਾਕਾਂ ਨੂੰ ਕਹਿ ਲਾ ਇਹਨਾਂ ਦੀ ਫੀਸ ਫੂਸ ਭਰ ਬਣਨ, ਤੇ ਬਾਕੀ ਮੈਂ ਦੇਖਦਾ ਆਪੇ ਕਰੂੰ ਹੱਲ, ਤੂੰ ਲੈ ਨਾ ਟੈਨਸ਼ਨ। ਚੱਲ ਕੋਈ ਨਾ, ਮੈਂ ਇੱਕ ਵਾਰੀ ਉਹਨੂੰ ਖੁਸ਼ਖਬਰੀ ਦਾ ਦੱਸਦਾ, ਨਾਲੇ ਤੜਕੀ ਐਡਮਿਸ਼ਨ ਕਰਾਇਆਂਗਾ ਉਹਦੀ। ਹਾਂ ਕੋਈ ਨਾ ਪੁੱਤ, ਕਹਿੰਦੇ ਮਨ ਲਾ ਕੇ ਦੇਖ, ਪੜ੍ਹੇ ਆਪਦਾ ਜਿਵੇਂ ਪੈਸਾ ਲਾਵਾਂਗੇ, ਉਹ ਚੀਜ਼ ਸੋਚ ਕੇ ਚੱਲੇ, ਠੀਕ ਹੈ ਨਾ? ਜਵਾਬ ਦੇ ਗਈ। ਚੱਲ ਕੋਈ ਨੀ, ਰਹਿਣ ਦੋ, ਮੈਂ ਨੀ ਜਾਣਾ ਬਾਹਰ। ਹੋਰ ਯਾਰ, ਹੁਣ ਕੀ ਕਰੀਏ ਫਿਰ ਜਦੋਂ ਮੰਨੀ ਨੀ? ਚੱਲ ਕੋਈ ਨੀ, ਛੱਡੋ ਉਹ ਕੰਮ ਲਈਏ, ਮੈਂ ਤਾਂ ਮਜ਼ਾਕ ਕਰਦਾ, ਬੇਬੇ ਬਾਪੂ ਨੇ ਹਾਂ ਕਰਤੀ। ਸੱਚੀ? ਚੱਲ ਵਧੀਆ, ਫਿਰ ਤਾਂ ਮੈਂ ਬਾਹਰ ਜਾਊਂਗੀ। ਚੱਲ ਹੁਣ ਤਾਂ ਤੂੰ ਜਾ ਦੀ ਤਿਆਰੀ ਕਰ। ਬਾਹਰ ਤਾਂ ਮੈਂ ਜਾਊਂਗੀ, ਪਰ ਇੰਨੇ ਪੈਸਿਆਂ ਦਾ ਹੱਲ ਕਿੱਥੋਂ ਹੋਊਗਾ? ਉਹ ਯਾਰ, ਤੈਨੂੰ ਪੈਸੇ ਨਹੀਂ ਟੈਂਸ਼ਨ ਲੈਣ ਦੀ ਕੀ ਲੋੜ ਆ, ਅਸੀਂ ਬੈਠੇ ਹਾਂ, ਜਦੋਂ ਤੂੰ ਆਪਦਾ ਮਨ ਲਾ ਕੇ ਪੜ੍ਹਾਈ ਕਰ, ਨਾਲੇ ਆਪਾਂ ਕੱਲ੍ਹ ਨੂੰ ਚੱਲ ਦਿਆਂਗੇ ਸੈਂਟਰ 'ਚ, ਅਤੇ ਐਡਮਿਸ਼ਨ ਕਰਾ ਕੇ ਆਉਂਦੇ ਹਾਂ। ਠੀਕ ਆ, ਮੈਂ ਸੱਚੀ ਬਾਹਰ ਜਾਊਂਗੀ। ਹਾਂ ਸੱਚੀ, ਬੇਬੇ ਬਾਪੂ ਨੇ ਆਪ ਗਿਆ ਨਾਲੇ। ਕੁਛ ਨੀ ਕਹਿੰਦੇ ਉਹ। ਚੱਲ ਕੋਈ ਨਾ, ਹੁਣ ਤੂੰ ਸੌ ਜਾ ਫਿਰ, ਅਸੀਂ ਆਪਣੇ ਟਾਈਮ ਨਾਲ ਵੀ ਜਾਣਾ ਉੱਥੇ। ਲੈ ਕਿੰਨਾ ਟਾਈਮ ਹੋ ਗਿਆ ਜਵਾਕਾਂ ਨੂੰ ਗਿਆ ਨੂੰ, ਹਜੇ ਤੱਕ ਨਹੀਂ ਆਏ, ਪਤਾ ਨਹੀਂ ਕੰਮ ਜਿਹਾ ਬਣਿਆ ਕਿ ਨਾ, ਫਿਕਰ ਜੀ ਤਾਂ ਹੁੰਦੀ ਹੈ ਮਗਰੇ। ਪਤਾ ਨੀ ਕੀ ਬਣਿਆ ਹੋਣਾ। ਬਹਿ ਜਾ ਪੁੱਤ, ਦਮ ਲੈ ਲੈ, ਮੈਂ ਬਣਾਉਂਦੀ ਚਾਹ ਪਾਣੀ। ਆਪਣੀ ਨੂੰਹ ਨੀ, ਆਪਦੀ ਧੀ ਸਮਝੇਗਾ, ਤੇ ਵੈਸੇ ਇੱਕ ਗੱਲ ਦਾ ਧਿਆਨ ਰੱਖੀ ਪੁੱਤ, ਸਾਡਾ ਸਿਰ ਨਾ ਨੀਵਾਂ ਹੋਣ ਦੇ, ਬਾਕੀ ਮੈਨੂੰ ਤੇਰੇ ਤੇ ਬਹੁਤ ਮਾਣ ਹੈ। ਹਾਂਜੀ ਮੰਮੀ, ਤੁਸੀਂ ਜਮਾਂ ਫਿਕਰ ਨਾ ਕਰੋ। ਚੱਲ ਪੁੱਤ, ਤੁਸੀਂ ਬੈਠੋ, ਮੈਂ ਚਾਹ ਲਿਆਉਂਦੀ ਆਪਣੇ ਵਾਸਤੇ। ਹਾਂਜੀ ਮੰਮੀ। ਆ ਤਾਂ ਮੈਂ ਫੇਰ ਹੀ ਪਾਊਂ ਕੱਪੜੇ ਸੁੱਕਣੇ।
ਲੈ ਮੰਮੀ ਤੋਂ ਬੈਠੀ ਆ ਕਰਦੇ ਹੋਰ ਦੱਸ ਘਰੇ ਸਾਰੇ ਠੀਕ ਨੇ ਵਧੀਆ ਭਾਬੀ ਕਿੱਥੇ ਮੰਮੀ ਭਾਬੀ ਨਹੀਂ ਹੈਗੀ ਮੈਨੂੰ ਤਾਂ ਉਹ ਪੁੱਤ ਹੁਣੀ ਸ਼ਹਿਰੋਂ ਆਏ ਸੀਗੇ ਸ਼ਹਿਰ ਆ ਕਿੱਥੇ ਗਏ ਸੀ ਮੰਮੀ ਆ ਕਹਿੰਦੇ ਹੁੰਦੇ ਨੇ ਆਈਲੈਟਸ ਲੂਡਸ ਉਹ ਭਰ ਕੇ ਆਏ ਨੇ ਗੇ ਦਾਖਲਾ ਆਈਲੈਟਸ ਹਾਂ ਉਹ ਕਿਵੇਂ ਮੰਮੀ ਬਾਹਰ ਜਾਣ ਦੇ ਲਈ ਕਹਿੰਦੇ ਨੇ ਪੁੱਤ ਬਾਹਰ ਭਾਬੀ ਹਾਂ ਹੋ ਜਾਊਗੀ ਨੇਹਾ ਆਪਣੀ ਉਹ ਮੰਮੀ ਥੋੜਾ ਦਿਮਾਗ ਤਾਂ ਠੀਕ ਹੈ ਉੱਥੇ ਮੰਮੀ ਸਾਡੇ ਨਾ ਗਵਾਂਢੀਆਂ ਦੀ ਬਹੂ ਗਈ ਸੀ ਬਾਹਰ ਉਹ ਜਾ ਕੇ ਬਦਲ ਗਈ ਨਾਲੇ ਉਹਦਾ ਦੇਖ ਲੈ ਘਰ ਵਾਲਾ ਨਾ ਕਮਲਾ ਹੋ ਗਿਆ ਦੇਖੀ ਕਿਤੇ ਮੇਰੇ ਭਰਾ ਨਾਲ ਵੀ ਆਈ ਬਣੇ ਤੁਸੀਂ ਤਾਂ ਲੱਟ ਲਾ ਰੱਖੀ ਆ ਬਾਹਰ ਜਾਣਾ ਬਾਹਰ ਜਾਣਾ ਨਾ ਕਿਸੇ ਨੂੰ ਪੁੱਛਦੇ ਹੋ ਨਾ ਦੱਸ ਦਿਓ ਓਹੋ ਨਾ ਪੁੱਤ ਆਪਣੀ ਨੇਹਾ ਏਦਾਂ ਦੀ ਨੀ ਹੈਗੀ ਮੈਨੂੰ ਮਾਨ ਹੈ ਕਰ ਲਿਆਂਦੇ ਵਿਚਾਰੀ ਨੂੰ ਸੁੱਖ ਨਾ ਪੂਰਾ ਹੋਰ ਦੱਸ ਕਿਹਦੇ ਸਿਰ ਤੇ ਕਰੂਗੀ ਉਹ ਨੀ ਮੰਮੀ ਏ ਉਈ ਲੱਗਦਾ ਨੇਹਾ ਤਾਂ ਨਹੀਂ ਹੈਗੀ ਜਾ ਕੇ ਨਾ ਸਾਰੀਆਂ ਕੁੜੀਆਂ ਬਦਲ ਜਾਂਦੀਆਂ ਨੇ ਬਾਹਰ ਤੈਨੂੰ ਲੱਗਦਾ ਵੀ ਨੇਹਾ ਹੀ ਜੀ ਨੀ ਹੈਗੀ ਪੁੱਤ ਮੈਨੂੰ ਪਤਾ ਹੈਗਾ ਵੀ ਟਾਈਮ ਬਹੁਤ ਮਾੜੇ ਆ ਰਹੇ ਨੇ ਪਰ ਜਦੋਂ ਹੁਣ ਮੁੰਡਾ ਕਹੀ ਜਾਂਦਾ ਹੈਗਾ ਤੇ ਹੁਣ ਚੱਲ ਭੇਜ ਦਿੰਦੇ ਆ ਦੇਖੀ ਜਾਊਗੀ ਕੀ ਬਣੂਗਾ ਹੁਣ ਤਾਂ ਪੁੱਤ ਤੱਕ ਚੱਬੀ ਲਿਆ ਮੰਮੀ ਤੂੰ ਭੋਲੀ ਐ ਸਾਰੇ ਕੰਮ ਕਰਦੀ ਐ ਉਹਨੂੰ ਹੁਣ ਤੂੰ ਬਾਹਰ ਭੇਜ ਦੇਂਗੀ ਪੁੱਤ ਫੇਰ ਕੀ ਹੋ ਗਿਆ ਆਪਾਂ ਵੀ ਇਹਨਾਂ ਦੇ ਮਾਰੇ ਮੇਰਾ ਤਾਂ ਨਾ ਆ ਕੇ ਤਾਂ ਮੂੜ ਹੀ ਖਰਾਬ ਕਰਤਾ ਐ ਨਹੀਂ ਕਰਦੇ ਹੁੰਦੇ ਪੁੱਤ ਆ ਤੇਰਾ ਵੀਰ ਆਏ ਫਿਰ ਉਹ ਕਹਿੰਦਾ ਮੰਮੀ ਮੈਂ ਤਾਂ ਭੇਜਣੀ ਐ ਮਹਾ ਚੱਲ ਜਵਾਕਾਂ ਦੇ ਸੁੱਖ ਨੇ ਕਰ ਲੈਂਦੇ ਇਹਨਾਂ ਨੂੰ ਪੂਰੇ ਆਪਣੇ ਸਿਰ ਤੇ ਕਰਨਗੇ ਹੋਰ ਭਾਈ ਭੋਲਾ ਇਹਨੂੰ ਪਤਾ ਨਹੀਂ ਹੈਗਾ ਵੀ ਬਾਹਰ ਜਾ ਕੇ ਕੁੜੀਆਂ ਕਿਵੇਂ ਬਦਲ ਜਾਂਦੀਆਂ ਨੇ ਫਿਰ ਬਾਅਦ ਚ ਤੂੰ ਦੇਖੀ ਇਹੀ ਪਛਤਾਊਗਾ ਚੱਲ ਪੁੱਤ ਐ ਨਹੀਂ ਕਰਦੇ ਹੁੰਦੇ ਮੈਂ ਲਿਆਉਂਦੀ ਆ ਚਾਹ ਬਣਾ ਕੇ ਤੂੰ ਬਹਿ ਮੰਮੀ ਨੇਹਾ ਨੂੰ ਕਹਿ ਦੇ ਭਾਬੀ ਨੂੰ ਚਾਹ ਬਣਾ ਲਿਆਉਗੀ ਪੁੱਤ ਉਹ ਪੜ੍ਹਾਈ ਕਰੀ ਜਾਂਦੀ ਆ ਪੜ੍ਹ ਲੈਂਦੇ ਉਹਨੂੰ ਚਾਰ ਅੱਖਰ ਮੈਂ ਕੋਈ ਨਾ ਮੰਮੀ ਮੈਂ ਕਦ ਹੀ ਆ ਰਹੀ ਹਾਂ ਮੈਨੂੰ ਮਿਲਣ ਵੀ ਨਹੀਂ ਆਈ ਹੈਗੀ ਬੋਲ ਤਾਂ ਮਾਰ ਲੈ ਤੂੰ ਇੱਕ ਵਾਰੀ ਕੋਈ ਨਾ ਬੁਲਾਉਣੀ ਆ ਤੇ ਚਾਹ ਤਾਂ ਮੈਂ ਬਣਾ ਲੈਂਦੀ ਦੱਸ ਮੈਂ ਕੀ ਲਿਸੀ ਹੁਣ ਕੋਈ ਨਾ ਮੰਮੀ ਤੂੰ ਬੈਠ ਹਾਂਜੀ ਮੰਮੀ ਜੀ ਦੀਦੀ ਆਏ ਹੋਏ ਨੇ ਦੀਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਠੀਕ ਹੋ ਵਧੀਆ ਵਧੀਆ ਪੁੱਤ ਐਂ ਕਰ ਹਾਂਜੀ ਦੀਦੀ ਵਾਸਤੇ ਨਾ ਚਾਹ ਲਿਆ ਬਣਾ ਕੇ ਹਾਂ ਮੰਮੀ ਮੈਂ ਹੁਣੇ ਬਣਾਉਣੀ ਹਾਂ ਹੁਣ ਤਾਂ ਖੁਸ਼ ਹਾਂ ਪੁੱਤ ਖੁਸ਼ ਹਾਂ ਮੰਮੀ ਨਾ ਨਾ ਲੱਗਦੀ ਤਾਂ ਹੈ ਨਹੀਂ ਗੀ ਨਾ ਨਾ ਮੰਮੀ ਖੁਸ਼ ਹਾਂ ਪੁੱਤ ਗੱਲ ਸੁਣ ਮੇਰੀ ਐਵੇਂ ਵੀ ਨਹੀਂ ਪੁੱਠਾ ਸਿੱਧਾ ਜਿਹਾ ਸੋਚਿਆ ਕਰਦੇ ਲੋਕਾਂ ਦੀ ਬਹੂਆਂ ਵਰਗੀ ਨਹੀਂ ਹੈਗੀ ਆਪਣੀ ਨੇਹਾ ਮੰਮੀ ਤੁਹਾਨੂੰ ਕੀ ਭਰੋਸਾ ਜੇ ਜਾ ਕੇ ਉਹਨੇ ਬਦਲ ਗਈ ਹਜੇ ਸਾਲ ਤਾਂ ਆਪਣੇ ਮੁੰਡੇ ਨੂੰ ਵਿਆਹ ਨੂੰ ਹੋਇਆ ਤੁਸੀਂ ਤਾਂ ਪਹਿਲੀ ਨੂੰ ਬਾਹਰ ਦੀ ਰੱਖ ਚੱਕ ਲਈ ਅੱਛਾ ਭੈਣ ਆਈ ਬੈਠੀ ਆ ਹਾਂ ਹੋਰ ਠੀਕ ਹੋਰ ਬਈ ਠੀਕ ਆ ਹਾਂ ਠੀਕ ਆ ਤੂੰ ਦੱਸ ਠੀਕ ਹੈ ਹਾਂ ਹਾਂ ਵਧੀਆ ਹੋਰ ਕੱਲੀ ਆਈਆਂ ਕੱਲੀ ਆਈਆਂ ਅੱਛਾ ਹੋਰ ਘਰੇ ਕਿਵੇਂ ਦੀ ਬਾਈ ਸਾਰੇ ਘਰੇ ਤਾਂ ਸਾਰੇ ਠੀਕ ਨੇ ਤੂੰ ਠੀਕ ਹੈ ਹਾਂ ਹਾਂ ਮੈਂ ਤਾਂ ਵਧੀਆ ਹਾਂ ਮੈਂ ਹੋਰੀ ਗੱਲ ਸੁਣੀ ਜਾਂਦੀ ਆ ਮੈਂ ਦੇਖ ਲਿਆ ਹੁਣ ਸਰ ਮਾਂ ਕਿਵੇਂ ਗੁੱਸੇ 'ਚ ਬੈਠੀ ਆ ਭੈਣਾ ਤੇ ਕਹਿੰਦੇ ਮੈਂ ਹੋਰੀ ਗੱਲ ਸੁਣਦੀ ਆ ਵੀ ਭਰਜਾਈ ਨੂੰ ਤੂੰ ਬਾਹਰੇ ਤੋਰ ਰਿਹਾ ਹਾਂ ਹਾਂ ਬਾਈ ਚੱਲੀ ਜਾਂਦੀ ਆ ਗੱਲ ਹੋਰ ਚੱਲੀ ਜਾਂਦੀ ਆ ਗੱਲ ਤੈਨੂੰ ਲੱਗੂਗਾ ਪਤਾ ਜਦ ਜਾ ਕੇ ਬਦਲ ਗਈ ਨਹੀਂ ਬਾਈ ਲੋਕਾਂ ਵਰਗੀ ਨਹੀਂ ਗੀ ਗੱਲ ਸੁਣ ਬਾਈ ਤੂੰ ਮੇਰੀ ਕਿਉਂ ਜਨਾਨੀ ਪਿੱਛੇ ਲੱਗ ਕੇ ਘਰ ਪੱਟੇਗਾ ਆਪਦਾ ਨਾਲੇ ਕਰਜਾਈ ਹੋ ਜਾਏਗਾ ਨਾਲੇ ਬਾਹਰ ਗਈਆਂ ਕੁੜੀਆਂ ਤਾਂ ਪੁੱਠੀਆਂ ਨਹੀਂ ਮੁੜ ਕੇ ਆਉਂਦੀਆਂ ਹੈਗੀਆਂ ਉਹ ਚੱਲ ਕੋਈ ਨਾ ਭੈਣੇ ਉਰੇ ਕੀ ਆ ਸਾਰਾ ਦਿਨ ਮਿੱਟੀ 'ਚ ਮਿੱਟੀ ਹੋਈ ਜਾਂਦੇ ਆ ਆ ਮੇਰੀ ਗੱਲ ਸੁਣ ਬਾਈ ਉੱਥੇ ਜਾ ਕੇ ਕਿਹੜਾ ਭਰਜਾਈ ਅਫਸਰ ਨਹੀਂ ਲੱਗੂਗੀ ਕਰੂਗੀ ਤਾਂ ਉੱਥੇ ਵੀ ਦਿਹਾੜੀ ਤੇ ਉਰੇ ਕੰਮ ਕਰ ਲਏ ਕਿੱਡੀ ਕੁ ਨਾਵਤ ਆਜੂਗੀ ਉਹਤੇ ਖਾਣੀਆਂ ਤਾਂ ਬਾਈ ਦੋ ਰੋਟੀਆਂ ਹੀ ਨੇ ਕਰ ਲਏ ਉਰੇ ਕਰ ਲਏ ਜਿਹੜਾ ਕੁਛ ਕਰਨਾ ਉੱਥੇ ਜਾ ਕੇ ਕਿਹੜਾ ਜ਼ਿਆਦਾ ਹੋਊਗਾ ਚੱਲ ਫਿਰ ਕੀ ਹੋ ਗਿਆ ਬਾਈ ਉਹਦਾ ਚੱਲ ਸੁਪਨਾ ਪੂਰਾ ਹੋਜੂਗਾ ਨਾਲੇ ਉਹਦੇ ਸੁਪਨੇ ਮੈਂ ਨਹੀਂ ਪੂਰੇ ਕਰੂੰਗਾ ਹੋਰ ਕੌਣ ਕਰੂਗਾ ਆ ਵੇਖ ਲੈ ਵੀਰੇ ਮੇਰਾ ਵੀ ਸੁਪਨਾ ਸੀ ਅਫਸਰ ਬਣਨ ਦਾ ਤੁਸੀਂ ਨੇ ਕੀਤਾ ਮੇਰਾ ਪੂਰਾ ਸੁਪਨਾ ਉਹ ਪੁੱਤ ਉਦੋਂ ਹਾਲਾਤ ਕੁਛ ਹੋਰ ਸੀ ਤੇ ਹੁਣ ਕੁਛ ਹੋਰ ਨੇ ਬਾਕੀ ਰਹੀ ਸੁਪਨੇ ਪੂਰੇ ਕਰਨ ਦੀ ਇਹਦੇ ਕਰਮ ਇਹਦੇ ਨਾਲ ਤੇਰੇ ਕਰਮ ਤੇਰੇ ਨਾਲ ਨਹੀਂ ਹੈਗਾ ਸੀ ਤੇਰੇ ਕਿਸਮਤ 'ਚ ਕੁਛ ਬਣਨਾ ਮੰਮੀ ਮੇਰੀ ਗੱਲ ਸੁਣ ਹੁਣ ਨਾਲੇ ਦੇਖ ਲੈ ਜਨਾਨੀ ਜਾਊਗੀ ਇਹਦੀ ਨਾਲੇ ਇਹਦੀ ਜ਼ਮੀਨ ਜਾਊਗੀ ਉਹ ਭੈਣੇ ਤੈਨੂੰ ਸਾਡੇ ਘਰ ਦੇ ਮਾਮਲਿਆਂ 'ਚ ਦਖਲ ਅੰਦਾਜ਼ੀ ਕਰਨ ਦੀ ਕੋਈ ਲੋੜ ਨਹੀਂ ਆ ਦੇਖ ਲੈ ਮੰਮੀ ਤੇਰੇ ਸਾਹਮਣੇ ਬੈਠਾ ਵੀਰਾ ਕਿਵੇਂ ਬੋਲੀ ਜਾਂਦਾ ਮੈਨੂੰ ਚੱਲ ਠੀਕ ਆ ਮੈਂ ਤੁਸੀਂ ਕਰ ਲੂ ਕੀ ਗੱਲਾਂ ਕਰਨੀਆਂ ਪੁੱਤ ਤੈਨੂੰ ਵੀ ਕੀ ਹੋਏਗਾ ਆਣ ਸਾਰ ਲੱਗ ਗਈ ਬੋਲਣ ਖੈਰ ਨਾ ਸੁੱਖ ਸਾਹ ਤਾਂ ਲੈ ਲੈਂਦੀ
ਕਿੱਥੇ ਚੱਲ ਗਏ? ਉਹ ਅੰਦਰ ਗਏ ਨੇ ਰੁੱਖ ਤੋਂ ਅੰਦਰ ਫੜਾਇਆ ਸਾਹ। ਕੀ ਸੋਚੂਗੀ ਵਿਚਾਰੀ ਨੇਹਾ, ਆਣ ਸਾਰੀ ਲੱਗ ਗਈ ਤੂੰ ਵੀ ਬੋਲਣ। ਅਲੀ ਜਾ, ਮੈਂ ਤੁਹਾਨੂੰ ਐਂ ਕਹਿੰਦੀ ਸੀ ਛੱਡੋ ਕਿਹੜਾ ਬਾਹਰ ਦਾ, ਮੈਂ ਨਹੀਂ ਜਾਣਾ ਬਾਹਰ। ਨਹੀਂ, ਜਿਹੜੀ ਗੱਲ ਹੋ ਗਈ ਹੋ ਗਈ, ਤੈਂ ਬਾਹਰ ਜਾਣਾ, ਮੈਂ ਤੇਰੇ ਨਾਲ ਆ, ਠੀਕ ਆ? ਮੇਰੇ ਕਰਕੇ ਤੁਹਾਡੇ ਤੇ ਦੀਦੀ ਵਿੱਚ ਫਰਕ ਪੈ ਜਾਂਦਾ, ਰਹਿਣ ਦਿਓ ਤੁਸੀਂ, ਕੀ ਕਰਨਾ ਬਾਹਰ ਜਾ ਕੇ ਛੱਡੋ ਕੋਈ ਨਹੀਂ। ਨਾ ਨਾ, ਤੈਨੂੰ ਕਿਸੇ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ, ਜਦੋਂ ਮੈਂ ਤੇਰੇ ਨਾਲ ਖੜਿਆ ਮੈਂ ਨਹੀਂ ਤੈਨੂੰ ਕੁਛ ਕਹਿੰਦਾ। ਚੱਲ ਕੋਈ ਨਹੀਂ, ਚੱਲ ਤੁਸੀਂ ਪੀ ਲਓ ਸਾਹ। ਨੀ ਮੈਂ ਤੇਰੇ ਨਾਲੋਂ ਸੋਹਣਾ ਕੋਈ ਵੀ ਵੇਖਿਆ ਨਾ, ਸੂਰਜ ਤੱਤਾ ਤੇ ਚੰਨ ਦਾਗੀ ਤਾਰੇ ਪੱਥਰ ਨੇ, ਕੋਈ ਮੁੱਲ ਨਹੀਂ ਸੀ ਥਾਂ ਥਾਂ ਰੁਲਦੇ ਫਿਰਦੇ ਸੀ, ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ। ਨੇਹਾ ਨੂੰ ਪੁੱਛਦੀ ਆ ਵੀ ਕਾਸੇ ਦੀ ਜ਼ਰੂਰਤ ਤਾਂ ਨਹੀਂ ਹੈਗੀ ਉਹਨੂੰ, ਚੱਲ ਜਵਾਖੜੀ ਪੜ੍ਹਦੀ ਆ, ਪੜ੍ਹ ਲਿਆ। ਤੂੰ ਕਿੱਧਰ ਵੱਗ ਗਈ ਨੇਹਾ? ਮੈਂ ਤਾਂ ਇੱਥੇ ਛੱਡ ਕੇ ਗਈ ਸੀ, ਮਹਲੇ ਚੱਲ ਪੜ੍ਹ ਲਿਆ। ਨੇਹਾ ਪੁੱਤ, ਇੱਥੇ ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਏ, ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ। ਤੂੰ ਕੱਤ ਲੱਗੀ ਆ ਪੁੱਤ ਲਾਣਾ, ਮੈਂ ਆ ਗਈ ਉੱਪਰ। ਇੱਥੇ ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਏ, ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ। ਪੁੱਤ ਮੈਂ ਹੈਗੀ ਤੇ ਮਾਪੀ ਲਾ ਦਿੰਦੀ, ਮੈਨੂੰ ਸਾਰੀ ਫਿਕਰ ਹੈ। ਲੈ ਦੱਸ ਮੰਮੀ, ਮੈਂ ਲਾ ਦਿੰਦੀ ਹਾਂ, ਕੋਈ ਨਹੀਂ। ਤੂੰ ਪੜ੍ਹਾਈ ਤੇ ਧਿਆਨ ਦੇ, ਮੈਂ ਤੈਨੂੰ ਕੀ ਕਹੇਗਾ, ਤੈਂ ਸੁਪਨਾ ਪੂਰਾ ਕਰਨਾ ਪੁੱਤ, ਹੁਣ ਇਹ ਤੇਰਾ ਕੱਲੀ ਦਾ ਸੁਪਨਾ ਨਹੀਂ, ਹੁਣ ਇਹ ਸਾਡਾ ਵੀ ਹੈ। ਚੱਲ ਕੋਈ ਨਹੀਂ, ਫਿਰ ਕੀ ਹੋ ਗਿਆ? ਮੇਰੇ ਸਿਰ ਤੇ ਤੂੰ ਕਿਸੇ ਵੀ ਗੱਲ ਦੀ ਫਿਕਰ ਨਾ ਕਰ, ਮੈਂ ਹੈਗੀ ਹਾਂ ਕਰਨ ਵਾਲੀ, ਮਾਫ਼ੀ ਕਰੀ ਚੱਲੂੰਗੀ, ਠੀਕ ਆ? ਤੂੰ ਆਪਦਾ ਪੜ੍ਹ। ਨੀ ਮੈਂ ਤੇਰੇ ਪਿੱਛੇ ਆਖਿਰ ਤੀਕਰ ਆਉਣਾ ਏ, ਭਾਵੇਂ ਪੈਰਾਂ ਦੇ ਵਿੱਚ ਚੁੱਭਦੇ ਸੂਲਾਂ ਪੱਖੜ ਨੇ, ਮੈਨੂੰ ਪਤਾ ਨਹੀਂ ਸੀ ਇਸ਼ਕ ਤੇਰੇ ਦੀਆਂ ਕੜੀਆਂ ਨੇ, ਨੀ ਹੱਥ ਪੈਰ ਸੋਹਣੀਏ ਐਦਾਂ ਮੇਰੇ ਜੱਕੜ ਨੇ, ਨੀ ਹੱਥ ਪੈਰ ਸੋਹਣੀਏ ਐਦਾਂ ਮੇਰੇ। ਆ ਕੀ ਕਰੀ ਜਾਂਦੇ ਹੋ? ਹਲਨਾ ਮਰ ਜਾ। ਮੇਰੇ ਮਾਂ ਘਰ ਦੇ ਕੰਮ ਦੀ ਕੀ ਸੰਗ ਹੈਗੀ? ਵੀ ਮੈਂ ਹੈ ਤਾਂ ਹੈਗੀ, ਮੈਂ ਕਰ ਲੈਂਦੀ। ਛੱਡ ਪਰੇ, ਮਾਰੂ ਤੇਰੇ, ਜਾ ਉਧਰ ਜਾ ਪੁੱਤ, ਅੰਦਰ ਜਾ ਕੇ ਪੜ੍ਹ ਲੈ। ਤੂੰ ਕੀ ਲੱਗੇ ਨੇ ਬੋਲ ਮਾਰਨਾ, ਭੁੱਖ ਲੱਗੀ ਹੋਣੀ ਸਾਨੂੰ ਰੋਟੀ ਦੀ, ਕੋਈ ਨਾ ਮੈਂ ਲਿਆਉਂਦੀ ਹਾਂ ਬਣਾ ਕੇ। ਆ ਫੋਨ ਕਿਹਦਾ ਆ ਗਿਆ? ਪਹਿਲਾਂ ਚੱਕ ਕੇ ਲਵਾਂ। ਸਰ ਦਾ ਫੋਨ? ਹੈਲੋ, ਹਾਂਜੀ ਸਰ, ਸਤਿ ਸ਼੍ਰੀ ਅਕਾਲ, ਕੀ ਖੁਸ਼ਖਬਰੀ ਹੈ ਸਰ? ਅੱਛਾ, ਥੈਂਕ ਯੂ ਸਰ, ਤੁਸੀਂ ਮੈਨੂੰ ਇੰਨੀ ਵਧੀਆ ਖੁਸ਼ਖਬਰੀ ਦਿੱਤੀ ਹੈ, ਠੀਕ ਹੈ। ਮੰਮੀ, ਡੈਡੀ ਜੀ, ਕਿੱਥੇ ਹੋ ਤੁਸੀਂ? ਜਲਦੀ ਆਓ ਮੇਰੇ ਕੋਲੇ। ਮੰਮੀ ਸੁਣਦੇ ਡੈਡੀ, ਕੀ ਹੋਇਆ ਪੁੱਤ? ਡੈਡੀ ਜੀ ਤੁਸੀਂ ਵੀ ਆ ਜਾਓ। ਕੀ ਹੱਸਦੀ ਹੋ? ਤਾਂ ਦੱਸ, ਰੁਕੋ ਤਾਂ ਸਹੀ। ਅਹੀ ਜੀ, ਕਿਉਂ ਆਪੇ ਕਿਉਂ ਰੌਲਾ ਜਿਹਾ ਪਾਇਆ? ਪਤਾ ਨਹੀਂ ਜੀ, ਇਹ ਜੀ ਕੀ ਗੱਲ ਹੋ ਗਈ? ਦੱਸ ਦਿਆਂ, ਮੇਰੇ 7 ਬੈਂਡ ਆ ਗਏ। ਅੱਛਾ, ਹਾਂਜੀ 7 ਬੈਂਡ। ਸ਼ੁਕਰੀਆ ਰੱਬਾ, ਸ਼ੁਕਰ ਹੈ ਪੁੱਤ,
ਤੇਰੀ ਮਿਹਨਤ ਪੱਲੇ ਪੈਗੀ। ਹਾਂਜੀ ਮੰਮੀ। ਚੱਲ ਸ਼ੁਕਰ ਹੈ ਧੀਏ, ਮੈਨੂੰ ਮਾਣ ਹੈ ਤੇਰੇ ਤੇ, ਮੇਰਾ ਵੀ ਸੀਨਾ ਚੌੜਾ ਹੋ ਗਿਆ ਇਹ ਗੱਲ ਸੁਣ ਕੇ। ਚੱਲ ਪੁੱਤ ਬਾਹਰ ਜਾ ਕੇ ਵਧੀਆ ਪੜ੍ਹਾਈ ਕਰਿਓ, ਪਿੱਛੇ ਮੈਂ ਹੈਗਾ ਕੋਈ ਸੋਚ ਨਹੀਂ, ਠੀਕ ਹੈ? ਪਰ ਕੋਈ ਨਾ ਬਾਪੂ, ਅਜੇ ਤਾਂ ਅਸੀਂ ਉਰੀ ਆ, ਇੱਕ ਵਾਰੀ ਏਜੰਟ ਕੋਲ ਤਾਂ ਜਾਈਏ। ਏਜੰਟ ਕੋਲ ਤਾਂ ਜੀ ਆਪਾਂ ਕੱਲ ਹੀ ਜਾਵਾਂਗੇ, ਤੇ ਨਾਲੇ ਮੰਮੀ ਜੇ ਮੇਰੇ 7 ਬੈਂਡ ਆਏ ਨੇ ਨਾ, ਤਾਂ ਉਹਦੇ ਵਿੱਚ ਤੁਹਾਡੇ ਤਿੰਨਾਂ ਦਾ ਹੀ ਪੂਰਾ ਹੱਕ ਹੈਗਾ, ਤੁਸੀਂ ਮੇਰੀ ਕਿੰਨੀ ਮਦਦ ਕੀਤੀ ਹੈਗੀ। ਕੋਈ ਨਾ ਪੁੱਤ, ਤਾਂ ਸਾਡਾ ਫਰਜ਼ ਬਣਦਾ ਸੀਗਾ। ਚੱਲ ਹੁਣ ਤਾਂ ਆਪਾਂ ਵੀ ਕੈਨੇਡਾ ਵਾਲੇ ਵੱਜਾਂਗੇ ਅਸੀਂ ਵੀ। ਚੱਲ ਸ਼ੁਕਰਾਨੇ ਹਾਂ ਫਿਰ, ਤੇਰਾ ਵੀਜ਼ਾ ਤਾਂ ਆ ਗਿਆ। ਮੈਨੂੰ ਤਾਂ ਬਹੁਤ ਖੁਸ਼ੀ ਹੈ ਸੱਚੀ। ਬਸ ਹੁਣ ਤੁਸੀਂ ਜਮਾ ਫਿਕਰ ਨਾ ਕਰੋ, ਜਿਹੜੀ ਆਪਾਂ ਜ਼ਮੀਨ ਗਹਿਣ ਧਰੀਏ ਨਾ, ਜਲਦੀ ਛੁਡਾ ਲੈਣੀ ਆਪਾਂ। ਮੈਨੂੰ ਤਾਂ ਫਿਕਰ ਕਰ ਰਹੀ ਹੈ, ਬਸ ਤੂੰ ਨਾ ਮੈਨੂੰ ਜਾ ਕੇ ਭੁੱਲ ਜਾਈਂ ਉੱਥੇ। ਮੈਂ ਕਿਉਂ ਭੁੱਲਣਾ, ਹੱਦ ਹੋ ਲੋਕਾਂ ਨੂੰ ਮਜ਼ਾਕ ਕਰਾ ਦੇ। ਨਹੀਂ, ਇਹੋ ਜਿਹਾ ਕੁਛ ਨਹੀਂ ਹੁੰਦਾ। ਚਲ ਆਪਾਂ ਚੱਲਦੇ ਹਾਂ ਬਾਹਰ, ਕੁਛ ਖਾਂਦੇ ਹਾਂ। ਚਲੋ ਮੰਮੀ ਉਹਨਾਂ ਨੇ ਵੀ ਕੁਛ ਖਾਣਾ ਹੈ। ਨਹੀਂ ਹਨਾ, ਫੋਨ ਹੀ ਨਹੀਂ ਆਇਆ। ਮੈਂ ਉਸੇ ਦਾ ਫੋਨ ਆ ਗਿਆ। ਹੈਲੋ, ਹਾਂ ਹਾਂ, ਕਿਵੇਂ ਆ? ਅੱਛਾ, ਪਹੁੰਚ ਗਈ। ਚੱਲ ਵਧੀਆ। ਹੋਰ ਜੀਜੂ ਲੱਗ ਗਿਆ ਫਿਰ? ਮੇਰਾ ਤਾਂ ਕਿੱਥੇ ਲੱਗਿਆ ਯਾਰ, ਬੋਲੇ ਮੰਗੂ ਫਿਰਦਾ, ਕਦੇ ਡੰਗਰਾਂ ਕੋਲ ਆ ਜਾਣਾ, ਕਦੇ ਖੇਤ ਪਾ ਜਾਣਾ। ਹਾਂ, ਹੋਰ ਵਧੀਆ ਪਹੁੰਚ ਗਈ ਫਿਰ ਟਾਈਮ ਨਾਲ? ਠੀਕ ਆ ਠੀਕ ਆ। ਚੱਲ ਮੈਂ ਮਾਤਾ ਨਾਲ ਕਰਾਉਣਾ ਤੇਰੀ ਗੱਲ। ਹਾਂ, ਮੈਂ ਵੀ ਕੰਮ ਜਿਹਾ ਲੱਗ ਰਿਹਾ ਜੀ, ਕਰਾਉਣਾ ਜਾ ਕੇ। ਗੁੱਡ ਮਾਰਨਿੰਗ ਸਰ। ਗੁੱਡ ਮਾਰਨਿੰਗ, ਆ ਗਏ ਨੇਹਾ? ਹਾਂਜੀ ਸਰ, ਪੋਸਟ ਆਫ ਆ ਗਏ ਸਰ। ਹਾਂ, ਓਕੇ, ਆ ਲਓ ਸਰ ਫੋਨ। ਅੱਜ ਕਰ ਲਓ ਕੰਮ ਉੱਧਰ ਨਾ, ਸਾਫ਼ ਸਫਾਈ ਦਾ, ਉਹ ਸਾਰਾ ਆਪਣਾ ਫਰਿੱਜ ਦੇ ਲਵੋ, ਹੋਰ ਵੀ ਚਲੋ ਮੈਂ ਦੇਖਦਾ। ਹਾਂਜੀ, ਓਕੇ ਸਰ। ਅਗਰ ਨੇਹਾ ਨੂੰ ਫੋਨ ਲਾਵਾਂ, ਦੋ ਦਿਨ ਹੋ ਗਏ ਵਿਹਲੇ ਨਹੀਂ ਹੋਈ ਮੇਰੀ, ਤਾਂ ਟਾਈਮ ਵੀ ਬਹੁਤ ਹੋ ਗਿਆ, 9 ਵਜੇ। ਚੱਲ ਹੈਲੋ ਹੈਲੋ, ਫੋਨ ਕੱਟਤਾ ਯਾਰ। The person you're calling is not answering. Please try later. आप जिस व्यक्ति को कॉल कर रहे हैं वो उत्तर नहीं दे रहा है, कृपया कुछ समय पश्चात प्रयास करें। हाँ
ਹਾਂ ਨੇਹਾ ਠੀਕ ਆ? ਹਾਂਜੀ ਸਰ। ਕੀ ਕਰ ਰਹੇ ਹੋ? ਸਰ ਸ਼ਿਮਲਾ ਮਿਰਚ ਕੱਟ। ਕਿੱਧਰ ਗਿਆ ਜਵਾਹ ਜਾ? ਬੱਟਾਂ ਉਤਲੀ ਹੋਇਆ ਫਿਰਦਾ ਆਪਿਆ ਸਰਦਾਰ ਆ। ਉਹ ਪਾਣੀ ਦਾ ਦੇਖ ਲੈਂਦਾ ਕੋਈ ਕਹਿ ਰਿਹਾ ਬੱਟਾਂ ਉਤਲੀ ਹੋ ਰਿਹਾ। ਉਹ ਸੁੱਤਾ ਪਿਆ ਤਾਂ ਦੇਖ ਲੈਣਾ ਮੋਟਰ ਦਾ ਮੈਂ ਬੰਦ ਕਰੀਏ ਪਾਣੀ ਤਾਂ ਬੱਟਾਂ ਉਤਲੀ ਹੋ ਰਿਹਾ। ਕਿੱਥੇ ਤੇਰੀ ਸੁਰਤੀ ਅੱਜ ਕੱਲ? ਉਹ ਕਿਤੇ ਨੀ ਬਾਪੂ, ਬਹਿ ਜਾ ਕੋਈ ਨਾ। ਬਾਪੂ ਮੈਂ ਕਿੱਥੇ ਜਾਣਾ ਉਰੀਆਂ? ਮੈਂ ਹੁਣ ਜਾਂਦਾ ਕਾ ਤੂੰ ਨੀ ਅੱਗੇ? ਮੈਂ ਕਿਹੜਾ ਜਾਊਂਗਾ? ਦੋ ਕਿੱਲੇ ਚੱਕਦੇ ਬਾਹਰ ਜਾਣ ਦੇ ਚੱਕਰ ਚ ਤੈ ਹੈ, ਹੋਰ ਕੌਣ ਜਾਊਗਾ ਜੇ ਤੂੰ ਨੀ? ਹੁਣ ਮੈਂ ਜਾਊਂਗਾ। ਬਾਪੂ ਤੈਨੂੰ ਕੀ ਦੱਸਾਂ, ਮੇਰੇ ਵਾਲੇ ਵੀਜੇ ਤਾਂ ਵਿੱਚ ਹੀ ਰੁੜ ਗਏ। ਉਹ ਕਿਵੇਂ? ਹੁਣ ਤੈਨੂੰ ਕਿਵੇਂ ਦੱਸਾਂ, ਨਾ ਤਾਂ ਤੇਰੇ ਲਈ ਨੂੰ ਫੋਨ ਜਗਦੀ ਆ, ਲਾਰੇ ਜੇ ਲਾਈ ਜਾਂਦੀ ਹੈਗੀ ਮੈਨੂੰ, ਵੀਜ਼ਾ ਭੇਜੂੰਗੀ ਭੇਜੂੰਗੀ, ਹੁਣ ਤਾਂ ਫੋਨ ਹੀ ਨਹੀਂ ਚੱਕਿਆ। ਬਸ ਮੈਨੂੰ ਤਾਂ ਦੋ ਵਾਰੀ ਗੱਲ ਹੋਈ ਉਹਦੇ ਨਾਲ। ਫੋਨ ਤਾਂ ਪੁੱਤ ਉਹ ਕੰਮ ਕਾਰ 'ਚ ਉੱਥੇ ਜਵਾਕ ਬਿਜੀ ਰਹਿੰਦੇ ਹੋਣੇ, ਨਹੀਂ ਚੱਕਿਆ ਜਾਂਦਾ ਕਈ ਵਾਰੀ ਹੈਂ। ਆਹ ਤੇਰਾ ਵੀਜ਼ਾ ਵੂਜ਼ਾ ਹੁਣ ਕਾਗਜ਼ ਪੱਤਰ ਕਈ ਵਾਰੀ ਭਾਈ ਅਫਸਰਾਂ ਦੇ ਕੰਮ ਨੇ ਇਹ, ਉੱਤੋਂ ਨਹੀਂ ਆਉਂਦੇ, ਉਹਦੇ ਵਿਚਾਰੀ ਦੇ ਕੀ ਸਾਰੇ ਆ, ਤੂੰ ਨਾ ਤੂੰ ਦੋਸ ਦੇ ਹੋਣਾ। ਨਾਲੇ ਤੂੰ ਵੀ ਬੈਠਾ, ਚੱਲ ਤੇਰੀ ਮਾਂ ਰੋਟੀ ਬਣਾਈ ਬੈਠੀ, ਉਹਦਾ ਕਹਿੰਦੀ ਆਇਆ ਨੀ, ਉਸੇ ਨੇ ਭੇਜਿਆ। ਮੈਂ ਕਿੱਥੇ ਹੈਗਾ ਸੈਂਟੀ? ਉਹਦਾ ਕਹਿੰਦੀ ਖੇਤੇ ਆ। ਆ ਕੇ ਦੇਖਿਆ ਆਹ ਹਾਲ ਕਰਕੇ ਤਾਂ ਮੋਟਰ ਚਲਾ ਕੇ ਨਾ ਕੁਦਰ ਤੋਂ ਲਾਈਟ ਗਈ ਪੂਰੀ ਚੱਕ ਲਿਆ ਰੋਟੀਆਂ ਤੂੰ ਪੂਰੇ। ਮੈਨੂੰ ਕੀ ਪਤਾ ਹੁਣ ਤੂੰ ਖੇਤ ਆ ਕਿਤੇ ਹੋਰ ਵਗ ਗਿਆ, ਮੈਂ ਤਾਂ ਗੇੜਾ ਮਾਰਨ ਆ ਗਿਆ। ਚੱਲ ਘਰੇ ਕੀ ਕਰੂੰਗਾ ਮੈਂ ਜਾ ਕੇ? ਕਿਉਂ ਘਰੇ ਕਿਹੜਾ ਜੀ ਲੱਗਦਾ, ਪੂਰੇ ਚੱਲ ਬੈਠਿਆ ਰਹਿਣਾ ਗੱਲਾਂ। ਉਹ ਜੀ ਨੂੰ ਐਡਾ ਕੀ ਹੋ ਗਿਆ, ਤੂੰ ਇੰਨਾ ਦਿਮਾਗ ਤੇ ਟੈਨਸ਼ਨ ਲੈ। ਮੈਂ ਤੈਨੂੰ ਦੱਸੀ ਜਾਂਦਾ ਕੋਈ ਗੱਲ ਨੀ, ਕਈ ਵਾਰੀ ਫਿਰ ਲਾ ਲੈਣਗੇ ਜਵਾਕ ਕੰਮ ਧੰਦਿਆਂ ਚ। ਹੁਣ ਇਹ ਕਿਹੜਾ ਕੋਈ ਆਪਦਾ ਕੰਮ ਧੰਦਾ, ਉੱਥੇ ਤਾਂ ਕਿਸੇ ਦੇ ਕੰਮ ਧੰਦੇ ਨੇ। ਕਈ ਵਾਰੀ ਕੋਈ ਮਾਲਕ ਇਹੋ ਜਿਹਾ ਹੁੰਦਾ, ਨਹੀਂ ਭਾਈ ਵਿਹਲਾ ਬੈਠਣ ਦਿੰਦਾ ਜਵਾਕ ਨੂੰ। ਇਹ ਆਪਣੀ ਵਰਗੀ ਸਰਦਾਰੀ ਨੀ ਹੈਗੀ ਉੱਥੇ, ਮੈਂ ਤੈਨੂੰ ਦੱਸਾਂ। ਤੁਸੀਂ ਮੰਨਦੇ ਤਾਂ ਹੈ ਨੀ। ਚੱਲ ਕੋਈ ਨਾ ਬਾਪੂ, ਜਾ ਜਾਣਾ ਕੋਈ ਨਾ, ਚੱਲ ਦੇਖ ਲਈ ਕੋਈ ਨਾ ਤੂੰ ਪਾਣੀ ਪੂਣੀ ਫਿਰ ਨੱਕਾ ਨੁੱਕਾ ਕਰ ਦੇ। ਚੱਲ ਤੂੰ, ਮੈਂ ਦੇਖਦਾ ਹੋਰ ਕਿਤੇ ਹੋਰ ਪੈ ਜੇ ਕਿਸੇ ਦੇ, ਠੀਕ ਹੈ? ਆਂਡੀ ਗਮਾਂਡੀ ਦੇ ਲਾਂਬਾ ਹੋ ਜਾ। ਓਏ ਆ ਬਈ, ਕੈਨੇਡਾ ਵਾਲਾ ਕੀ ਹਾਲ ਨੇ? ਉਹ ਕਿਉਂ ਬਈ ਟੱਚਰਾ ਕਰਦਾ, ਨਾਲੇ ਤੈਨੂੰ ਚੰਗਾ ਭਲਾ ਪਤਾ। ਉਹ ਨਾਲੇ ਯਾਰ ਦੇਖ ਕੇ ਲਾਇਆ ਕਰ ਯਾਰ, ਪਾਣੀ ਪੂਣੀ ਸਾਰੀ ਕਣਕ ਭਰਤੀ ਪੈ। ਉਹ ਕੋਈ ਨਾ ਬਈ, ਰੱਖ ਹੀ ਲੱਗੀ ਹੋਰ ਯਾਰ, ਸਾਰਾ ਨੁਕਸਾਨ ਕਰ ਪੈ ਨਾ ਵੱਡਾ ਕੈਨੇਡਾ ਵਾਲਾ। ਕਿਹੜਾ ਬੁਲਾਊਗੇ ਇਹਨੂੰ, ਇਹ ਤਾਂ ਉਰੇ ਹੀ ਰਹੂਗਾ, ਉਰੇ ਘੜੂਗਾ ਬੱਟਾ। ਇਹ ਵੱਡਾ ਕੈਨੇਡਾ ਕੈਨੇਡਾ ਵਾਲਾ ਲਾ ਰੱਖੀ ਹੈਗੀ। ਗੁੱਡ ਮਾਰਨਿੰਗ ਸਰ। ਫੋਨ ਸਬਮਿਟ ਕਰਾਓ। ਸੈਂਟੀ। ਹਾਂ ਬਾਈ। ਕੀ ਹੋ ਰਿਹਾ ਤੁਹਾਨੂੰ ਯਾਰ, ਬੋਲਦੇ ਨੇ ਹੈਗਾ ਜਾਂ ਯਾਰ? ਕੀ ਦੱਸਾਂ ਸਰ ਤੁਹਾਨੂੰ ਯਾਰ, ਕੀ ਦੁੱਖਾ ਖੁੱਲ ਕੇ ਦੱਸਿਆ ਫਿਰ ਹੱਦ ਹੋਊਗਾ ਕੋਈ? ਉਹ ਦੁੱਖੇ ਦੁੱਖ ਨੇ ਯਾਰ, ਕੋਈ ਸੁੱਖ ਹੀ ਨਹੀਂ ਜ਼ਿੰਦਗੀ 'ਚ। ਕੀ ਹੋਇਆ? ਕੀ ਨਹੀਂ ਹੋਇਆ ਤੂੰ ਮੈਨੂੰ ਐਂ ਪੁੱਛ ਯਾਰ।
ਆ ਜਿਹੜੇ ਦੋ ਤਿੰਨ ਕੀਲੇ ਦੀ ਯਾਰ ਹਾਂ ਉਹ ਸਾਰੀ ਜ਼ਮੀਨ ਵੇਚ ਕੇ ਦੇਣਾ। ਕਿੱਡੀ ਗੱਲ ਯਾਰ, 2 ਮਹੀਨੇ ਦੂ ਬਗ ਜਾਏਗਾ ਸੈਂਟੀ ਯਾਰ, ਜ਼ਮੀਨ ਬਣ ਜੂਗੀ। ਉਹ ਤਾਂ ਮੈਨੂੰ ਕਹਿੰਦੀ ਸੀ ਤੈਨੂੰ ਬੁਲਾਉਂਗੀ। ਹਾਂ ਪਰ ਬੁਲਾਉਗੀ? ਉਹ ਗੱਲ ਕਰ, ਹੁਣ ਮੇਰਾ ਫੋਨ ਨਹੀਂ ਜਗਦੀ। ਫੋਨ ਨਹੀਂ ਜਗਦੀ? ਹਾਂ ਬਾਈ। ਕਿੰਨਾ ਟਾਈਮ ਹੋ ਗਿਆ? ਟਾਈਮ ਕੀ, ਮੇਰੇ ਨਾਲ ਤਾਂ 2 ਕੁ ਵਾਰੀ ਗੱਲ ਹੋ ਗਈ ਸਾਰੀ ਯਾਰ। ਇੱਕ ਵਾਰੀ ਉੱਦੇ ਫੋਨ ਕਰਦੀ ਵੀ ਪਹੁੰਚ ਗਈ, ਇੱਕ ਦੋ ਵਾਰੀ ਮੈਂ ਮਾਂ ਨਾਲ ਗੱਲ ਕਰਾਈ ਆ, ਉਦੋਂ ਮੁੜ ਕੇ ਬਸ ਫੋਨ ਕਦੇ ਜਗਦੀ ਨਹੀਂ, ਕਦੇ ਕੱਟਿਆ ਜਾਂਦਾ। ਚੱਲ ਇੱਕ ਦੋ ਵਾਰੀ ਮੈਨੂੰ ਲਾਇਆ ਯਾਰ, ਮੈਂ ਤਾਂ ਚੱਕਿਆ ਨਹੀਂ ਗਾ ਕੰਮ ਧੰਦੇ 'ਚ, ਜਦੋਂ ਮੈਂ ਲਾਉਣਾ ਉਦੋਂ ਆਪ ਨਹੀਂ ਜਗਦੀ। ਸਹੀ ਕਹਿੰਦੇ ਨੇ ਸਿਆਣਿਆਂ ਨੇ ਯਾਰ, ਕੁੜੀ ਬਾਹਰ ਜਾ ਕੇ ਮਿੰਟਾਂ 'ਚ ਬਦਲ ਜਾਂਦੀ ਹੈ ਨਾ। ਜਮੀ ਨਹੀਂ ਸੋਚਦੇ ਗੀ ਵੀ ਅਗਲੇ ਸਾਨੂੰ ਕਿਵੇਂ ਬਾਹਰ ਭੇਜੇ ਆ, ਵੀ ਜ਼ਮੀਨ ਵੇਚੀ ਆ ਜਾਂ ਹੋਰ ਕੋਈ ਇੰਨੇ ਪੈਸੇ ਸਾਡੇ ਖਰਚ ਕਰੇ ਨੇ, ਪੈਸੇ ਕਿਸੇ ਦੇ ਐਸ਼ ਕੋਈ ਹੋਰ ਕਰਦਾ। ਤੂੰ ਆ ਕੇ ਤਾਂ ਦੇਖ ਯਾਰ ਫੋਨ ਆਉਣਾ ਜਿਹੜੇ ਚੱਕ ਲਏ। ਹੋਰ ਯਾਰ ਸਰ, ਤੂੰ ਮੇਰਾ ਦਿਮਾਗ ਖਰਾਬ ਹੋ ਰਿਹਾ ਹੁਣ ਯਾਰ। ਘਰੇ ਯਾਰ ਨਾ ਤਾਂ ਮਾਤਾ ਕਹਿੰਦੀ ਹੈਗੀ ਵੀ ਯਾਰ ਕੱਪ ਮਾਰ ਦੂੰਗਾ। ਉਹ ਨਹੀਂ ਯਾਰ ਜਾਗਦੀ ਨਹੀਂ। ਨਾ ਯਾਰ ਭਾਬੀ ਲੱਗਦੀ ਨਹੀਂ ਹੈਗੀ, ਉੱਥੇ ਜਾ ਕੇ ਐਂ ਕਰੂਗੀ, ਲਾ ਕੇ ਦੇਖ ਹੁਣ ਚੱਕੂ ਯਾਰ। ਯਾਰ ਸਰ, ਜੇ ਤੈਨੂੰ ਮੇਰੇ 'ਤੇ ਨਹੀਂ ਯਕੀਨ ਤਾਂ ਸਾਹਮਣੇ ਲਾਉਣਾ ਲੈ ਕੇ ਹੋਰ ਨਾ। ਕੌਣ ਫੋਨ ਕਰੀ ਜਾਂਦਾ ਯਾਰ? ਹੈਲੋ ਹੈਲੋ, ਕੱਟਦਾ ਯਾਰ। ਕੌਣ ਸੀ ਇਹ? ਨੇਹਾ, ਕਰ ਲੈਣਾ ਗੱਲ ਯਾਰ ਹੁਣ, ਤੇ ਫੋਨ ਚੱਕ ਤਾਂ ਲਿਆ ਦੇ ਯਾਰ, ਤੂੰ ਗੱਪ ਮਰੀ ਆ ਮੈਨੂੰ। ਉਹ ਫੋਨ ਤਾਂ ਚੱਕਿਆ ਜੀ, ਗੱਲ ਕਰ, ਉਹਨੇ ਨਹੀਂ ਚੱਕਿਆ, ਕਿਸੇ ਮੁੰਡੇ ਨੇ ਚੱਕਿਆ ਯਾਰ। ਮੁੰਡੇ ਨੇ? ਹਾਂ, ਹੈਲੋ ਕਹਿ, ਹੈਲੋ ਕਹਿ ਕੇ ਕੱਟਦਾ। ਪੈਸੇ ਤਾਂ ਯਾਰ ਮੈਨੂੰ ਪੈਸਿਆਂ ਵਾਰੀ ਕਰਿਆ ਹੋਣਾ ਫੋਨ, ਮੈਨੂੰ ਇੱਕ ਦੋ ਵਾਰੀ ਆਇਆ, ਮੈਂ ਚੱਕਿਆ ਨੀ ਯਾਰ। ਤੂੰ ਹਾਂ, ਹੁਣ ਮੈਨੂੰ ਪੈਸਿਆਂ ਵਾਰੀ ਫੋਨ ਕਰੂ ਜਿੱਥੇ ਕਦੇ ਉਹਨੇ ਕਰਿਆ। ਉੱਥੇ ਜਾ ਕੇ ਯਾਰ ਹਰੇਕ ਕੁੜੀ ਬਦਲ ਜਾਂਦੀ ਆ। ਹੋਰ ਬਾਈ, ਉਹੀ ਕੁੜੀਆਂ ਵਰਗੀ ਨਿਕਲੀ ਇਹਦਾ। ਆਪਾਂ ਨੂੰ ਕੌਣ ਸਾਨੂੰ ਯਾਰ, ਉੱਥੇ ਪੀਆਰ ਮੁੰਡਾ ਮਿਲ ਜੂ, ਉਹਦਾ ਵਿਆਹ ਕਰਾ ਲਊਗੀ। ਬਾਈ ਮੈਂ ਬਹੁਤ ਯਕੀਨ ਕਰਿਆ ਸੀ ਯਾਰ, ਇੰਨੀ ਤੰਗੀ ਕੱਟ ਕੇ ਬਾਹਰ ਭੇਜਿਆ ਸੀ ਉਹਨੂੰ ਮੈਂ। ਬਾਈ ਤਾਂ ਅਸੀਂ ਤੋੜਦੇ ਨਹੀਂ ਯਕੀਨ। ਚੱਲ ਮੈਂ ਅੱਜ ਸਾਡੇ ਵਾਲੀ ਕੁੜੀ ਜੀ ਨੂੰ ਵੀ ਕਹਿਣਾ, ਉਹਦੇ ਨਾਲ ਨਾ ਗੱਲ ਕਰਦੀ ਹੋਵੇ, ਕਈ ਵਾਰ ਕੁੜੀ ਤੋਂ ਪੈਸੇ ਪਵਾ ਲਏ। ਬਾਈ ਤੂੰ ਬਲੌਕ ਕੀ ਕਰਦੀ ਯਾਰ ਫੋਨੇ ਚੱਕਿਆ? ਮੈਂ ਤਾਂ ਕੁੜੀ ਨੂੰ ਕਹਿਣਾ ਵੀ ਹੁਣ ਅੱਜ ਉਹਨੂੰ ਬਲੌਕ ਕਰ, ਮੈਂ ਲਾਉਣਾ ਫੋਨ ਅੱਜ ਕੁੜੀ ਨੂੰ। ਤੇਰੇ ਤੇ ਜ਼ਿੰਦਗੀ ਖਰਾਬ ਕਰਤੀ ਨੇ ਕੁੜੀ ਨੇ ਯਾਰ। ਬਾਈ ਯਾਰ, ਰਹੀ ਨਹੀਂ ਮੇਰੇ ਬੱਲੇ, ਕੀ ਰਹਿ ਗਿਆ ਹੁਣ? ਹੁਣ ਤਾਂ ਰੱਬੇ ਆਸਰਾ। ਚੱਲ ਉਹਨਾਂ ਟੈਨਸ਼ਨ ਲਈ ਕੁਛ ਨਹੀਂ ਹੁੰਦਾ ਯਾਰ, ਠੀਕ ਹੈ, ਹੌਸਲਾ ਰੱਖ। ਹੁਣ ਤਾਂ ਸੱਤੂ ਯਾਰ ਹੌਸਲੀ ਆ ਯਾਰ, ਜਿਹੜਾ ਹੁਣ ਅੱਗੇ ਹੋ ਗਿਆ। ਇੱਕ ਲੋਕ ਨਹੀਂ ਡਿੱਗਣ ਦਿੰਦੇ ਯਾਰ ਬਾਬੇ, ਹੁਣ ਕੀ ਇਲਾਜ ਕਰਾਂ ਜੀ ਮੈਂ? ਤੂੰ ਯਾਰ ਕਿਸ ਤੱਕ ਅੱਗੇ ਵਾਸਤੇ ਜਮੀ ਕਿਸ ਦੇ ਭਰੋਸਾ ਨਾ ਜਾਂਦੀ। ਚੱਲ ਠੀਕ ਆ ਸੱਤੂ ਯਾਰ, ਤੂੰ ਕਿਉਂ ਟੈਨਸ਼ਨ ਲੈਣਾ ਕੋਈ ਨਾ ਯਾਰ, ਮੈਨੂੰ ਤਾਂ ਜਿਹੜਾ ਦੁੱਖ ਹੈਗੀ ਹੈਗਾ, ਤੂੰ ਤਾਂ ਕਿਉਂ। ਚੱਲ ਠੀਕ ਆ ਬਾਬੇ ਫਿਰ, ਹੋਰ ਯਾਰ ਕਰਦਾ ਕੋਈ ਕੰਮ ਧੰਦਾ ਯਾਰ, ਜੇ ਕੋਈ ਕੰਮ ਕਰਾਂਗੇ ਤਾਂ ਹੀ। ਨੇਹਾ। ਯੈਸ ਸਰ। ਕਮ ਇਨ। ਆ ਦੇਖੋ ਫੋਨ, ਵਾਰ ਵਾਰ ਫੋਨ ਆ ਰਿਹਾ, ਤੇ ਜਦੋਂ ਮੈਂ ਚੱਕਿਆ ਉਹ ਕੱਟ ਗਿਆ ਮੂਹਰੋਂ। ਆ ਦੇਖੋ ਕੌਣ,
ਸਰ 5 ਮਿੰਟ ਪਲੀਜ਼। ਥੈਂਕ ਯੂ। ਪਤਾ ਨਹੀਂ ਕੀ ਹੋਇਆ ਉਹ। ਕੋਈ ਗੱਲ ਨਹੀਂ ਸਰ, ਹਾਲੇ ਕਾਲ ਅਟੈਂਡ ਨਹੀਂ ਕੀਤੀ। ਬਹੁਤ ਵਧੀਆ ਕਰਿਆ, ਚੱਲ ਤੂੰ 2 ਦਿਨ ਆ ਗਈ, ਨਾਲੇ ਤਾਂ ਮੁੰਡੇ ਨੂੰ ਸਮਝਾ ਜਾਏਗੀ, ਨਾ ਤਾਂ ਰੋਟੀ ਪਾਣੀ ਖਾਂਦਾ, ਜਮੀ ਸੁਣੋ ਜਾ ਰਹਿੰਦਾ, ਮੇਰੀ ਤਾਂ ਮੰਨਦਾ ਹੀ ਨਹੀਂ ਹੈਗਾ, ਬਥੇਰਾ ਜ਼ੋਰ ਲਾ ਲਿਆ, ਬਥੇਰਾ ਸਮਝਾਤਾ ਵੀ ਆਪਣੇ ਕਿਹੜਾ ਕੋਈ ਸਾਰੇ ਹੈ। ਮੰਮੀ ਮੈਂ ਤੁਹਾਨੂੰ ਕਿੰਨਾ ਸਮਝਾ ਕੇ ਗਈ ਸੀ ਜਦੋਂ ਉਦੋਂ ਆਈ ਸੀ ਵੀ ਤੁਸੀਂ ਨਾ ਬਾਰੇ ਤੋਰੋ ਨਾ ਬਾਰੇ ਤੋਰੋ, ਹੁਣ ਦੇ ਲੈ ਬਾਈ ਦੀ ਸਿਹਤ 'ਤੇ ਕੀ ਅਸਰ ਹੋ ਰਿਹਾ, ਕਿਵੇਂ ਕਾਮਲਿਆਂ ਵਾਂਗੂ ਫਿਰਨ ਲੱਗ ਰਿਹਾ। ਹੋਰ ਪੁੱਤ, ਨਾਲੇ ਬਾਈ ਨੇ ਤਾਂ ਮੈਨੂੰ ਉਦਣ ਹੀ ਕਹਿਤਾ ਸੀ ਕਿੰਨਾ ਟਾਈਮ ਹੋ ਗਿਆ ਵੀ ਬਲੌਕ ਮਾਰ ਦੇ, ਤੂੰ ਉਹਦਾ ਫੋਨ ਨਾ ਚੱਕਿਆ ਕਰ, ਮੈਂ ਤਾਂ ਉਹਦੀ ਬਲੌਕ ਮਾਰਤੀ ਸੀ। ਪੁੱਤ ਵੈਸਾ ਅਕਲ 'ਤੇ ਪੜਦਾ ਪੈ ਗਿਆ ਸੀ, ਜੇ ਤੇਰੀ ਉਹਦੀ ਗੱਲ ਮੰਨ ਲੈਂਦੇ ਤਾਂ ਅੱਜ ਆਹ ਦਿਨ ਕਾਹਨੂੰ ਦੇਖਣਾ ਪੈਂਦਾ। ਮੰਮੀ ਵਿੱਚ ਦੇਖਣ ਤੋਂ ਕੁਛ ਹੋਰ ਲੱਗਦਾ ਅਤੇ ਬਾਹਰੋਂ ਕੁਛ ਹੋਰ ਲੱਗਦਾ। ਪੁੱਤ ਦੇਖਣ ਨੂੰ ਤਾਂ ਬਾਲੀ ਭੋਲੀ ਲੱਗਦੀ ਸੀ, ਕਿਹੜਾ ਪਤਾ ਸੀਗਾ ਵੀ ਉੱਥੇ ਜਾ ਕੇ ਬਦਲ ਜੂਗੀ ਉਹ। ਮੈਨੂੰ ਤਾਂ ਨਾ ਮੰਮੀ ਮੇਰੇ ਭਾਈ 'ਤੇ ਵਾਲਾ ਤਰਸ ਆਈ ਜਾਂਦਾ ਵੀ ਹੁਣ ਇਹਦਾ ਕੀ ਹਾਲ ਹੋਊਗਾ, ਜਿਹੜੇ 2 ਕਿੱਲੇ ਵਾਹਣ ਦੀ ਆਉਂਦੇ ਸੀ ਤੁਸੀਂ ਤਾਂ ਉਹ ਵੀ ਵੇਚਤੇ। ਦੇਖਿਆ ਤਾਂ ਪੁੱਤ ਮੈਥੋਂ ਵੀ ਨਹੀਂ ਜਾਂਦਾ ਹੈਗਾ, ਮੇਰੇ ਕੋਲੋਂ ਕਿਹੜਾ ਦੇਖਿਆ ਜਾਂਦਾ, ਸਾਰਾ ਦਿਨ ਗੁੰਮ ਸੁੰਮਦਾ ਜਾ ਰਹਿੰਦਾ, ਇੰਨਾ ਹੱਸਦਾ ਖੇਡਦਾ ਸੀ ਮੇਰਾ ਪੁੱਤ, ਹੁਣ ਚੰਦਰੀ ਨੇ ਨਾ ਪਤਾ ਨਹੀਂ ਇਹੋ ਜਿਹਾ ਕੀ ਕਰਤਾ ਮੇਰੇ ਜਵਾਕ ਨੂੰ। ਚੱਲ ਮੰਮੀ ਤੂੰ ਹੁਣ ਵਾਲੀ ਟੈਨਸ਼ਨ ਨਾ ਲੈ, ਆਪਾਂ ਕਰਦੇ ਹਾਂ ਬਾਈ ਨਾਲ ਗੱਲ। ਚੱਲ ਨਾਲੇ ਰੋਟੀ ਲੈ ਜਾਂਦੇ ਹਾਂ ਪੁੱਤ। ਚੱਲ ਠੀਕ ਆ ਮੰਮੀ। ਕੀ ਹੈ ਤੇਰੇ ਆਖੇ ਤੋਂ ਖਾਈ ਲੈਵੇ। ਚੱਲ ਮੈਂ ਕਰਦੀ ਹਾਂ ਮੰਮੀ ਬਾਈ ਨਾਲ ਗੱਲ। ਉਹ ਫੜਾ ਦੇ ਥਾਲ ਮੈਨੂੰ ਉੱਧਰੋਂ। ਆ ਜਾ ਪੁੱਤ ਆ ਜਾ। ਬੇ ਪੁੱਤ ਲੈ ਰੋਟੀ ਖਾ। ਨਾ ਮੈਂ ਨਹੀਂ ਖਾਂਦਾ। ਤੁਸੀਂ ਤਾਂ ਬਥੇਰਾ ਜ਼ੋਰ ਲਾਇਆ ਸੀਗਾ ਵੀ ਨਾ ਭੇਜ ਨਾ ਭੇਜ, ਮੈਨੂੰ ਉਹਦੇ ਤੇ ਇੰਨਾ ਯਕੀਨ ਸੀ, ਸਾਰਾ ਯਕੀਨ ਤੋੜਦਾ ਵਾ ਮੇਰਾ। ਹੋਰ ਪੁੱਤ ਆਪਾਂ ਨੇ ਤਾਂ ਉਹਦਾ ਬਥੇਰਾ ਕੀਤਾ, ਪਰ ਕਿਹੜਾ ਪਤਾ ਸੀਗਾ ਵੀ ਚੰਦਰੀ ਉੱਥੇ ਜਾ ਕੇ ਬਦਲੇ ਜਾਊਗੀ, ਥੱਬਾ ਤਾਂ ਪੈਸਿਆਂ ਦਾ ਲਾਤਾ, ਕੀ ਗੁਣ ਸਮਝ। ਬੇਬੇ ਸਾਰੀ ਗਲਤੀ ਮੇਰੀ ਸੀ, ਭੈਣ ਨੇ ਤਾਂ ਇੰਨਾ ਜ਼ੋਰ ਲਾਇਆ ਮੈਨੂੰ ਵੀ ਤੂੰ ਰਹਿਣ ਦੇ ਰਹਿਣ ਦੇ। ਆ ਦੇਖ ਲੈ ਵੀਰੇ ਮੈਂ ਤੈਨੂੰ ਕਿੰਨਾ ਰੋਕਿਆ ਸੀ ਵੀ ਨਾ ਭੇਜ ਭਾਬੀ ਨੂੰ ਬਾਰੇ, ਨਾ ਭੇਜ ਭਾਬੀ ਨੂੰ ਬਾਰੇ, ਤੂੰ ਵੀ ਕਹਿੰਦਾ ਮੈਂ ਤਾਂ ਨਾ ਭੇਜਣੀ ਆ ਬਾਰੇ। ਆ ਦੇਖ ਲਿਆ ਵੀਰੇ ਮੈਂ ਦੂਜਾ ਭਾਬੀ ਦੇ ਗਈ ਦਾ, ਦੇਖ ਲੈ ਬਾਹਰ ਜਾ ਕੇ ਬਦਲ ਗਈ ਨਾ ਭਾਬੀ, ਸਾਰੀਆਂ ਕੁੜੀਆਂ ਇੱਕੋ ਜਿਹੀਆਂ ਹੁੰਦੀਆਂ ਨੇ, ਕੋਈ ਬਾਹਰਲਾ ਮੁੰਡਾ ਲੱਭਿਆ ਨਹੀਂ ਉਸੇ ਨਾਲ ਹੀ ਬਾਹਰੇ ਸੈੱਟ ਹੋ ਜਾਂਦੀਆਂ ਨੇ, ਐਂ ਤਾਂ ਵੇਖਦੀਆਂ ਨਹੀਂ ਹੈਗੀ ਪਿੱਛੋਂ ਸਾਡੇ ਦੇ ਕੀ ਕੁਛ ਕਰਿਆ ਇਹਨਾਂ ਨੇ। ਚੱਲ ਵੀਰੇ ਤੂੰ ਹੌਸਲਾ ਰੱਖ, ਜੇ ਤੂੰ ਹੀ ਸਾਥ ਛੱਡ ਜਾਏਗਾ ਤਾਂ ਸਾਡਾ ਕੀ ਬਣੂਗਾ। ਸਹੀ ਕਹਿ ਰਹੀ ਹੈ ਤੇਰੀ ਭੈਣ, ਆ ਰੋਟੀ ਖਾ ਪੁੱਤ, ਕਮਲਾ ਨਹੀਂ ਬਣਦੇ ਹੁੰਦੇ, ਤੂੰ ਸਾਡੇ ਵੱਲ ਵੇਖ ਲੈ। ਕੋਈ ਨਾ ਮਾਂ ਮੈਨੂੰ ਭੁੱਖ ਨਹੀਂ, ਜਿਹੜਾ ਭੁੱਖ ਹੋਈ ਮੈਂ ਆਪੇ ਖਾ ਲੂੰਗਾ। ਚੱਲ ਕੋਈ ਨਾ ਮਾਂ, ਫਿਰ ਇਹਦਾ ਮੂਡ ਨੂੰ ਠੀਕ ਹੈ ਗਿਆ, ਫਿਰ ਬਾਅਦ 'ਚ ਖਾ ਲੂੰਗਾ। ਚੱਲ ਖਾ ਲਈ ਪੁੱਤ। ਕੋਈ ਨਾ ਮਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਮੰਮੀ। ਹਾਂ ਪੁੱਤ, ਸਤਿ ਸ਼੍ਰੀ ਅਕਾਲ। ਹਾਂ ਮੰਮੀ, ਮੈਂ ਤਾਂ ਤੁਹਾਨੂੰ ਆਏ ਕਹਿੰਦੀ ਸੀ, ਮੇਰਾ ਨਾ ਸ਼ੈਂਟੀ ਹੁਣੀ ਕੋਈ ਵੀ ਫੋਨ ਨਹੀਂ ਚੱਕ ਰਿਹਾ। ਅੱਛਾ ਪੁੱਤ,
ਪਤਾ ਨਹੀਂ ਮੰਮੀ ਕੀ ਹੋ ਗਿਆ ਉਹਨਾਂ ਨੂੰ। ਮੈਂ ਇੰਨੇ ਮੈਸੇਜ ਵੀ ਕਰਦੀ ਹਾਂ, ਕੋਈ ਰਿਪਲਾਈ ਨਹੀਂ ਕਰ ਰਿਹਾ ਮੇਰਾ। ਅੱਛਾ, ਤੇ ਮੈਂ ਦੀਦੀ ਨੂੰ ਵੀ ਕਾਲ ਕੀਤੀ, ਦੀਦੀ ਨੇ ਵੀ ਮੈਨੂੰ ਬਲੌਕ ਕਰਤਾ। ਅੱਛਾ ਮੰਮੀ, ਤੁਸੀਂ ਇੱਕ ਕੰਮ ਹੀ ਕਰ ਦਿਓ, ਤੁਸੀਂ ਜਾ ਆਓ ਮਾੜਾ ਜਿਹਾ। ਪੁੱਤ ਮੇਰੇ ਗੋਡੇ ਗਿੱਟੇ ਦੁਖਦੇ ਨੇ, ਕੀ ਕਰਾਂ, ਮੈਂ ਤਾਂ ਜਾ ਨਹੀਂ ਜਾਂਦਾ ਧੀਏ। ਅੱਛਾ ਚੱਲ ਕੋਈ ਨਹੀਂ ਮੰਮੀ, ਮੈਂ ਦੇਖਦੀ ਹਾਂ ਫਿਰ। ਠੀਕ ਹੈ ਪੁੱਤ, ਠੀਕ ਹੈ, ਚੰਗਾ ਪੁੱਤ। ਬਹੁਤ ਗੱਲਾਂ ਸੁਣੀਆਂ ਯਾਰ ਲੋਕਾਂ ਨੂੰ, ਅੱਜ ਦਾ ਕੰਮ ਕਰਨੀ ਉਹ ਕਰਦੇ ਤਾਂ ਮੈਨੂੰ ਬਹੁਤ ਸਮਝਾਇਆ ਜੀ, ਗੱਲ ਕਰ ਸਾਰੀ ਗਲਤੀ ਮੇਰੀ ਆ, ਮੈਂ ਕਿਸੇ ਦੀ ਨਹੀਂ, ਮੈਂ ਅੱਜ ਦਾ ਕੰਮ ਕਰੇ ਦਿੰਦੇ ਹਾਂ। ਉੱਥੇ ਜਾ ਕੇ ਯਾਰ ਹਰੇਕ ਕੁੜੀ ਬਦਲ ਜਾਂਦੀ ਆ। ਹੋਰ ਬਾਈ ਰੋਜ਼ ਕੁੜੀਆਂ ਵਰਗੀ ਵਰਗੀ ਨਹੀਂ ਕਰਦੀ ਤਾਂ ਆਪਾਂ ਨੂੰ ਕੌਣ ਸਾਨੂੰ ਯਾਰ, ਉੱਥੇ ਪੀਆਰ ਮੁੰਡਾ ਮਿਲ ਜੂਗਾ ਬਿਹਤਰ ਆ। ਮੇਰੇ ਪੁੱਤ ਨੇ ਰੋਟੀ ਪਾਣੀ ਸਾਰਾ ਕੁਛ ਛੱਡਿਆ ਤੇਰੇ ਪਿੱਛੇ, ਸਰਪੀ ਪੁੱਤਾ, ਸਰਪੀ ਸਰਪੀ ਇੱਥੇ ਆ ਪੁੱਤੋ, ਆਹ ਦੇਖ ਦੀਦੀ ਮੇਰੀ ਕੋਈ ਗਲਤੀ ਨੀ ਹੈਗੀ, ਹਜੇ ਵੀ ਤੇਰੀ ਕੋਈ ਗਲਤੀ ਨੀ, ਆਪੀ ਆਈ ਹੈ ਮੈਂ ਵਰਕਾ ਜਾ ਧਰ ਗਿਆ ਖਾਲੋ ਭਾਈ, ਇਹਦੇ ਪਤਾ ਨੀ ਕੀ ਲਿਖ ਕੇ ਧਰ ਗਿਆ। ਮੇਰੇ ਨਾਲ ਜਲਦੀ ਖੇਲ ਚੱਲੋ, ਨਹੀਂ ਕੀ ਹੈ ਬੈਠਦੇ ਹੁਣ, ਮੈਨੂੰ ਕੁਛ ਨੀ ਪਤਾ, ਖੇਲ ਚੱਲੋ। ਕੀ ਹੋ ਗਿਆ, ਹਾਏ ਰੱਬਾ, ਆ ਜਾ ਤੇ।
ਰੋਜ਼ ਰੋਜ਼ ਦੇ ਤਾਨਿਆਂ ਨਾਲ ਇੱਕ ਨਾ ਇੱਕ ਦਿਨ ਕੰਮ ਨਿਮੇੜੀ ਦਿੰਦੇ ਅੱਜ ਸ਼ੰਟੇ ਪਾਗਲ ਹੋ ਤੁਸੀਂ ਆ ਕੀ ਕਰ ਰਹੇ ਸੀ ਖੜਾ ਹੋ ਪੁੱਤ ਕਮਲਾ ਹੋ ਰਿਹਾ ਸੀ ਆ ਕੀ ਕਰਨ ਲੱਗਿਆ ਸੀ ਪਾਗਲ ਦਿਮਾਗ ਖਰਾਬ ਹੈ ਤੁਹਾਡਾ ਅੱਛਾ ਮੇਰਾ ਤਾਂ ਦਿਮਾਗ ਆਪੇ ਖਰਾਬ ਆ ਤੈਂ ਜੋ ਤਾਂ ਮੇਰਾ ਦਿਮਾਗ ਖਰਾਬ ਕਰਿਆ ਜ਼ਮੀਨ ਤਾਂ ਤੂੰ ਮੇਰੀ ਵਿਗਾਦੀ ਲੱਭ ਲਿਆ ਉੱਥੇ ਨਮਾਜ਼ ਕਿ ਜਾ ਕੇ ਹੁਣ ਮੈਂ ਮਰ ਜਾਣਾ ਹੋਰ ਕੀ ਕਰਾਂ ਲੋਕਾਂ ਨੇ ਤਾਨੇ ਸੁਣਨ ਨਾਲੋਂ ਤਾਂ ਮੇਰਾ ਮਰ ਜਾਣਾ ਠੀਕ ਆ ਤੁਹਾਡਾ ਦਿਮਾਗ ਖਰਾਬ ਹੋ ਗਿਆ ਤੁਸੀਂ ਨਾ ਪਾਗਲ ਹੋ ਗਏ ਬੋਲਣ ਲੱਗੇ ਮਾੜਾ ਮੋਟਾ ਤਾਂ ਸੋਚ ਲਿਆ ਕਰੋ ਨਾ ਤੁਹਾਡੇ ਕੋਲ ਕੀ ਪ੍ਰੂਫ ਹੈ ਵੀ ਮੈਂ ਇਹੋ ਜਿਹਾ ਕੁਛ ਕੀਤਾ ਉੱਥੇ ਜਾ ਕੇ ਅੱਛਾ ਉਹ ਗੱਲ ਭੁੱਲ ਗਈ ਜਿੱਦਣ ਮੈਂ ਤੈਨੂੰ ਫੋਨ ਲਾਇਆ ਸੀ ਕਿਸੇ ਬੰਦੇ ਨੇ ਫੋਨ ਚੱਕਿਆ ਸੀ ਤੇਰਾ ਆਸ਼ਕ ਹੋਣਾ ਤੇਰਾ ਉਹ ਆਸ਼ਕ ਅੱਛਾ ਜੇ ਕਿਸੇ ਮੁੰਡੇ ਨੇ ਫੋਨ ਚੱਕ ਲਿਆ ਉਹ ਮੇਰਾ ਆਸ਼ਕ ਬਣ ਗਿਆ ਮੇਰਾ ਉਹ ਸਾਫ ਆ ਤੇਰਾ ਆਸ਼ਕ ਹੀ ਫੋਨ ਚੱਕ ਸਕਦਾ ਤੇਰਾ ਹੋਰ ਕੌਣ ਚੱਕੂਗਾ ਉਹ ਮੇਰਾ ਆਸ਼ਕ ਨਹੀਂ ਸੀ ਉਹ ਮੇਰਾ ਸਰ ਸੀ ਸਟੋਰ ਦੇ ਵਿੱਚ ਨਾ ਮੈਂ ਸਮਾਨ ਚੱਕਣ ਗਈ ਸੀ ਤੇ ਤੁਹਾਡੇ ਬਾਰ-ਬਾਰ ਫੋਨ ਆਈ ਜਾਂਦੇ ਸੀ ਸਰ ਨੇ ਦੇਖ ਕੇ ਫੋਨ ਚੱਕ ਲਿਆ ਤੇ ਜਦੋਂ ਆ ਕੇ ਮੈਂ ਫੋਨ ਲਾਇਆ ਤਾਂ ਤੁਸੀਂ ਮੇਰਾ ਫੋਨ ਹੀ ਨਹੀਂ ਚੱਕਿਆ ਇਹ 'ਚ ਮੇਰੀ ਕੀ ਗਲਤੀ ਆ ਗਲਤੀ ਤਾਂ ਸਾਰੀ ਮੇਰੀ ਆ ਜਿਹੜਾ ਮੈਂ ਤੇਰੇ ਤੇ ਇੰਨਾ ਯਕੀਨ ਕਰਿਆ ਸਹੀ ਕਹਿ ਰਹੇ ਹੋ ਤੁਸੀਂ ਨਾਲੇ ਤੁਹਾਨੂੰ ਕੀ ਲੱਗਦਾ ਮੈਂ ਹੋਰਾਂ ਕੁੜੀਆਂ ਵਰਗੀਆਂ ਨਹੀਂ ਮੈਂ ਹੋਰਾਂ ਕੁੜੀਆਂ ਵਰਗੀ ਨਹੀਂ ਹੈਗੀ ਜੇ ਮੈਂ ਉਹਨਾਂ ਵਰਗੀ ਹੁੰਦੀ ਨਾ ਤਾਂ ਮੈਂ ਵਾਪਸ ਨਹੀਂ ਆਉਣਾ ਸੀ ਤੁਸੀਂ ਜਿਵੇਂ ਕਹਿ ਰਹੇ ਹੋ ਨਾ ਆਸ਼ਕ ਲੱਭ ਲਿਆ ਤਾਂ ਉੱਥੇ ਮੈਂ ਵਿਆਹ ਵੀ ਕਰਾ ਸਕਦੀ ਸੀ ਤੇ ਮੈਂ ਸਭ ਭੁੱਲੀ ਨਹੀਂ ਕਿ ਤੁਸੀਂ ਮੇਰੇ ਕਰਕੇ ਨਾ ਜ਼ਮੀਨ ਗਹਿਣੇ ਧਰੀ ਸੀ ਤੇ ਮੈਂ ਤੁਹਾਡੀ ਜ਼ਮੀਨ ਖਾਤਰ ਪਾਰਟ ਟਾਈਮ ਜੌਬ ਕਰਦੀ ਰਹੀ ਮੈਂ ਪੜ੍ਹਨਾ ਵੀ ਸੀ ਉੱਥੇ ਕੰਮ ਵੀ ਕਰਨਾ ਸੀ ਜ਼ਰੂਰੀ ਨਹੀਂ ਹੁੰਦਾ ਕਿ ਉੱਥੇ ਜਾ ਕੇ ਕੁੜੀ ਗਲਤ ਹੋ ਜਾਂਦੀ ਹੈ ਭਾਬੀ ਮੇਰਾ ਭਰਾ ਤਾਂ ਨਾ ਤੇਰੇ ਪਿੱਛੇ ਪਾਗਲ ਹੋਇਆ ਫਿਰਦਾ ਸੀ ਤੂੰ ਇਸੇ ਨੂੰ ਹੀ ਭੁੱਲ ਗਈ ਸੀ ਜਾ ਕੇ ਦੀਦੀ ਤੁਸੀਂ ਨਾ ਗਲਤ ਸਮਝ ਰਹੇ ਹੋ ਉੱਥੇ ਕੰਮ ਵੀ ਕਰਨਾ ਹੁੰਦਾ ਤੇ ਪੜ੍ਹਾਈ ਵੀ ਕਰਨੀ ਹੁੰਦੀ ਆ ਤੇ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਮੈਨੂੰ ਵੀ ਪਤਾ ਸੀ ਜ਼ਮੀਨ ਗਹਿਣੇ ਆ ਤੇ ਮੈਨੂੰ ਸਭ ਕੁਝ ਦਿਖ ਰਿਹਾ ਸੀ ਇੱਥੇ ਮੇਰੇ ਦਿਮਾਗ 'ਤੇ ਇਤਨੀ ਵੱਧੀ ਸੀਗੀ ਸਾਰਿਆਂ ਦੀ ਫਿਕਰ ਸੀ ਮੈਨੂੰ ਫਿਰ ਤੂੰ ਇਹਦਾ ਇੱਕ ਵਾਰ ਫੋਨ ਤਾਂ ਚੱਕਦੀ ਦੀਦੀ ਉੱਥੇ ਰੋਟੀ ਖਾਣ ਦਾ ਟਾਈਮ ਨਹੀਂ ਮਿਲਦਾ ਫੋਨ ਚੱਕਣ ਦਾ ਕਿੱਥੇ ਮਿਲ ਜੂਗਾ ਅੱਛਾ ਆਹੀ ਗੱਲ ਸੀ ਤੂੰ ਫਿਰ ਮੈਨੂੰ ਪਹਿਲਾਂ ਵੀ ਦੱਸ ਸਕਦੀ ਸੀ ਹੁਣ ਦੱਸਦਾ ਹੁਣ ਕੀ ਹੋ ਗਿਆ ਤੇ ਨਾਲੇ ਤੁਹਾਡਾ ਵੀਜ਼ਾ ਲੱਗ ਗਿਆ ਤੇ ਹੁਣ ਨਾ ਤੁਸੀਂ ਆਪ ਹੀ ਜਾਇਓ ਬਾਹਰ ਮੈਂ ਨਹੀਂ ਜਾਣਾ ਕੀ ਕਿਹਾ ਪੁੱਤ ਸੈਂਕੀ ਦਾ ਵੀਜ਼ਾ ਲੱਗ ਗਿਆ ਹਾਂਜੀ ਮੰਮੀ ਉਹਨੂੰ ਵੀ ਪਤਾ ਲੱਗ ਜੂਗਾ ਕਿ ਬਾਹਰ ਕਿਵੇਂ ਮਿਹਨਤ ਕਰਨੀ ਪੈਂਦੀ ਆ ਪੁੱਤ ਗੱਲ ਸੁਣ ਛੱਡੋ ਮੰਮੀ ਮੈਨੂੰ ਨੇਹਾ ਯਾਰ ਨੇਹਾ ਮੈਨੂੰ ਮਾਫ਼ ਕਰ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਯਾਰ ਮੈਂ ਜਾਣੇ ਅਣਜਾਣੇ ਤੇ ਤੂੰ ਬੇਫਾਲਤੂ ਦਾ ਸ਼ੱਕ ਕਰਿਆ ਪਲੀਜ਼ ਮੈਨੂੰ ਮਾਫ਼ ਕਰ ਦੇ ਪੁੱਤ ਹੁਣ ਸਾਨੂੰ ਸਮਝ ਆ ਗਈ ਕਿ ਸਾਰੀ ਕੁੜੀਆਂ ਇੱਕੋ ਜਿਹੀ ਨਹੀਂ ਹੁੰਦੀਆਂ ਅਸੀਂ ਤੈਨੂੰ ਗਲਤ ਸਮਝ ਬੈਠੇ ਸੌਰੀ ਭਾਬੀ ਮੈਨੂੰ ਵੀ ਮਾਫ਼ ਕਰ ਦੇ ਮੈਂ ਵੀ ਤੈਨੂੰ ਬਹੁਤ ਗਲਤ ਆਖਿਆ ਸੀ ਮਾਫ਼ ਕਰ ਦੇ ਪੁੱਤ ਕੋਈ ਗੱਲ ਨਹੀਂ ਵੱਡਿਆਂ ਤੋਂ ਵੀ ਗਲਤੀਆਂ ਹੋ ਜਾਂਦੀਆਂ ਨੇ ਕਈ ਵਾਰ ਕਹਿੰਦੇ ਨੇ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਚੱਲ ਕੋਈ ਨਹੀਂ ਮੰਮੀ ਤੁਸੀਂ ਮੇਰੇ ਤੋਂ ਮਾਫ਼ੀ ਨਾ ਮੰਗੋ ਚੱਲ ਕੋਈ ਨਹੀਂ ਜੀ ਜੋ ਹੋ ਗਿਆ ਸੋ ਹੋ ਗਿਆ ਤੇ ਜੀ ਹੁਣ ਤੁਸੀਂ ਕੈਨੇਡਾ ਚੱਲ ਜਾਓ ਕੈਨੇਡਾ ਮੈਂ ਇਕੱਲਾ ਨਹੀਂ ਜਾਂਦਾ ਹੁਣ ਆਪਾਂ ਦੋ ਹੀ ਚੱਲਾਂਗੇ ਇਹ ਤਾਂ ਜਾ ਲੈ ਦੀ ਭਾਈ ਕੈਨੇਡਾ ਜੇ 2 ਮਿੰਟ ਲੇਟ ਹੋ ਜਾਂਦੇ ਆਪਾਂ ਨਾ ਆਉਂਦੇ ਮਨਜੀਤਪੁਰੇ ਆਪਣੇ ਦਾ ਘਰ ਦਾ ਚਿਰਾਗ ਬੁਝ ਗਿਆ ਸੀ ਸਹੀ ਗੱਲ ਹੈ ਜੀ ਇਹ ਤਾਂ ਤੁਹਾਡੀ ਹੁਣ ਤਾਂ ਆਪਾਂ ਵੀ ਜਾਵਾਂਗੇ ਕੈਨੇਡਾ ਚੱਲ ਹਾਂ ਹੁਣ ਤਾਂ ਆਪਾਂ ਸਾਰੀ ਕੈਨੇਡਾ ਹੋ ਗਏ ਕੈਨੇਡਾ